हेलो एवरीवन, आज पावर सिस्टम का 8th लेक्चर है। तो आज के इस लैक्चर के डिस्कस करांगे स्विच गियर्स बारे, तो उस तो बाद सर्किट ब्रेकर्स बारे। तो सर्किट ब्रेकर दियां जिहड़ियां इंपोर्टेंट डेफिनेशनस होणगियां उहदे बारे डिस्कशन की जाएगी। उस तो बाद आर्क फिनोमिना की हुंदा है, प्रिंसीपल ऑफ आर्क एक्सटिंक्शन, वर्किंग प्रिंसीपल ऑफ सर्किट ब्रेकर के केस किस तरह यह काम करता है, सर्किट ब्रेकर की रेटिंग, ये बारे अज इस लैक्चर के डिस्कशन की जाएगी। तो जिन्होंने अज तक चैनल में सबसक्राइब नहीं किया वो चैनल में सबसक्राइब कर लन ता जो उन्होंने तक लेटैसट वीडियोज़ पहुँच सकन। तो डिस्क्रिप्शन सैक्शन के टैलीग्राम का ऐप का लिंक दिता हुआ है, तुम टैलीग्राम का चैनल भी ज्वाइन कर सकते जी, तो ऐप के थ्रू भी जुड़ सकते जी साढ़े नाल। तो स्टार्ट करते हैं सब तो पहला स्विच गेयरस तो। स्विच गेयर की होंगे है, द असैम्बली ऑफ अपरेटस इंपलाइड फॉर स्विचिंग, ठीक है, अपरेटस की असैम्बली, ठीक है, अपरेटस की असैम्बली इंपलाइड फॉर स्विचिंग कंट्रोलिंग एंड प्रोटेक्टिंग द इलैक्ट्रिकल पावर सिस्टम। प्रोटेक्टिंग दी स्विचिंग का मतलब ऑन ऑफ करना, कंट्रोल का मतलब घट वध करना, तो प्रोटेक्टिंग का मतलब कि जेकर कोई एबनॉर्मल कंडीशन अराइज होंगी है तो उस तो बचाना। ओके, employed for switching controlling and protecting the electric power system and equipment, ਜਿਹੜਾ ਵੀ equipment ਹੋਏਗਾ ਜਿੱਦਾਂ ਟਰਾਂਸਫਾਰਮਰ ਲਗਾ ਲਓ ਜਾਂ ਜਨਰੇਟਰ ਲਗਾ ਲਓ, ਠੀਕ ਹੈ, ਉਹਨਾਂ ਨੂੰ ਬਚਾਉਣਾ, ਠੀਕ ਹੈ, ਉਹਨੂੰ ਕੀ ਕਹਿੰਦੇ ਨੇ ਸਵਿੱਚ ਗੇਅਰ, ਉਸ ਚੀਜ਼ ਨੂੰ ਕੀ ਕਹਿੰਦੇ ਨੇ ਸਵਿੱਚ ਗੇਅਰ। ਹੁਣ ਸਵਿੱਚ ਗੇਅਰ ਨੂੰ ਆਪਾਂ ਸਿੰਪਲੀ ਸਮਝ ਸਕਦੇ ਹਾਂ ਕਿ ਜੇਕਰ ਸਾਡੇ ਕੋਲ ਇੱਕ ਸਿੰਪਲ ਸਵਿੱਚ ਹੈ, ਜਿਹਨੂੰ ਆਪਾਂ ਟੰਬਲਰ ਸਵਿੱਚ ਕਹਿੰਦੇ ਹਾਂ ਘਰ ਦੇ ਵਿੱਚ, ਜਿਹੜਾ ਤੁਸੀਂ ਆਮ ਦੇਖਦੇ ਜੇ ਫਲਸ਼ ਟਾਈਪ ਸਵਿੱਚ ਲਗਾ ਲਓ, ਉਹਦੇ ਅੱਗੇ ਤੁਸੀਂ ਇੱਕ ਫਿਊਜ਼ ਲਗਾ ਦਿੱਤਾ ਹੈ, ਠੀਕ ਹੈ, ਉਹਦੇ ਅੱਗੇ ਕੀ ਲਗਾ ਦਿੱਤਾ, ਇੱਕ ਰੀਵਾਇਰੇਬਲ ਫਿਊਜ਼ ਲਗਾ ਦਿੱਤਾ ਹੈ, ਠੀਕ ਹੈ, ਇਹ ਰੀਵਾਇਰੇਬਲ ਦਾ ਸਿੰਬਲ ਹੈ। ਓਕੇ, ਅਤੇ ਇਹ ਵੀ ਕੀ ਬਣ ਗਿਆ ਹੈ, ਜੇ ਇਹਦੀ ਪੂਰੀ ਅਸੈਂਬਲੀ ਦੇਖ ਲਈ ਜਾਵੇ, ਇਸ ਅਸੈਂਬਲੀ ਨੂੰ ਵੀ ਕੀ ਕਹਿ ਦਾਂਗੇ ਆਪਾਂ, ਸਵਿੱਚ ਗੇਅਰ ਕਹਿ ਦਾਂਗੇ, ਸਵਿੱਚ ਗੇਅਰ ਕਹਿ ਦਾਂਗੇ। ਓਕੇ, ਅਤੇ ਇਹ ਆਪਾਂ ਬੇਸਿਕਲੀ ਯੂਜ਼ ਕਰਦੇ ਹਾਂ ਡੋਮੈਸਟਿਕ ਅਤੇ ਕਮਰਸ਼ੀਅਲ ਅਪਲਾਈਂਸ ਨੂੰ ਅਤੇ ਇਕਿਪਮੈਂਟ ਨੂੰ ਬਚਾਉਣ ਵਾਸਤੇ, ਠੀਕ ਹੈ, ਕਿਹੜੇ ਕਿਹੜੇ ਡੋਮੈਸਟਿਕ, ਘਰੇਲੂ ਅਤੇ ਕਮਰਸ਼ੀਅਲ, ਜਿੱਦਾਂ ਦੁਕਾਨਾਂ ਵਗੈਰਾ ਛੋਟੀਆਂ ਮੋਟੀਆਂ ਜਾਂ ਮਤਲਬ ਜਿੱਥੇ ਸਮਾਲ ਪਾਵਰ ਨੂੰ ਕੰਟਰੋਲ ਕਰਨਾ, ਅਤੇ ਉੱਥੇ ਆਪਾਂ ਇਸ ਤਰ੍ਹਾਂ ਦਾ ਹੀ ਆਪਾਂ ਸਵਿੱਚ ਗੇਅਰ ਜਿਹੜਾ ਯੂਜ਼ ਕਰਦੇ ਹਾਂ, ਠੀਕ ਹੈ। ਜੇ ਥੋੜ੍ਹਾ ਜਿਹਾ ਇਹ ਰੀਵਾਇਰੇਬਲ ਫਿਊਜ਼ ਹੈ, ਰੀਵਾਇਰੇਬਲ ਫਿਊਜ਼ ਹੈ, ਅਤੇ ਜੇ ਮੰਨ ਲਓ ਥੋੜ੍ਹੀ ਜਿਹੀ ਰੇਟਿੰਗ ਹੋਰ ਵੱਧ ਜੇ, ਅਤੇ ਉੱਥੇ ਆਪਾਂ ਐੱਚ ਆਰ ਸੀ ਫਿਊਜ਼ ਯੂਜ਼ ਕਰ ਲਾਂਗੇ, ਠੀਕ ਹੈ, ਜੇ ਕਰੰਟ ਦੀ ਰੇਟਿੰਗ ਵੱਧ ਜਾਂਦੀ ਹੈ ਅਤੇ ਉੱਥੇ ਆਪਾਂ ਐੱਚ ਆਰ ਸੀ ਫਿਊਜ਼ ਜਿਹੜਾ ਉਹ ਯੂਜ਼ ਕਰ ਲਾਂਗੇ। ਸਵਿੱਚ ਗੇਅਰ ਕਲੀਅਰ ਹੋ ਗਿਆ ਨਾ। ਹੁਣ ਇਹਦੇ ਵਿੱਚ ਹੋਣਾ ਕੀ ਆ, ਜੇ ਸਾਨੂੰ ਆਪਾਂ ਚਾਹੁੰਦੇ ਹਾਂ ਕਿ ਸਰਕਟ ਨੂੰ ਡਿਸਕਨੈਕਟ ਕਰ ਦਈਏ, ਤਾਂ ਆਪਾਂ ਮੈਨੂਅਲੀ ਇਸ ਸਵਿੱਚ ਨੂੰ ਔਫ ਕਰਕੇ ਸਰਕਟ ਨੂੰ ਡਿਸਕਨੈਕਟ ਕਰ ਸਕਦੇ ਹਾਂ। ਜੇ ਆਪਾਂ ਚਾਹੁੰਦੇ ਹਾਂ ਕਿ ਆਟੋਮੈਟਿਕਲੀ ਹੋਵੇ ਕਿ ਜਦੋਂ ਫੋਲਟ ਪਵੇ, ਉਸ ਟਾਈਮ ਕੀ ਹੋਣਾ, ਜਿਹੜਾ ਸਵਿੱਚ ਆ ਜਿਹੜਾ ਫਿਊਜ਼ ਲਗਾਇਆ ਹੋਇਆ ਵਾ, ਇਹ ਕੀ ਹੈ, ਜਦੋਂ ਜ਼ਿਆਦਾ ਕਰੰਟ ਫਲੋ ਕਰੇਗਾ ਅਤੇ ਆਈ ਸਕੇਅਰ ਆਰ ਹੀਟ, ਅਤੇ ਉਹਦੇ ਨਾਲ ਕੀ ਹੋਏਗਾ, ਜਿਹੜਾ ਸਾਡਾ ਫਿਊਜ਼ ਹੈ ਉਹਦੀ ਜਿਹੜੀ ਵਾਇਰ ਆ ਮੈਲਟ ਹੋ ਜਾਏਗੀ, ਅਤੇ ਨਾਲ ਦੀ ਨਾਲ ਹੀ ਸਰਕਟ ਜਿਹੜਾ ਸਾਡਾ ਪ੍ਰੋਟੈਕਟ ਹੋ ਜਾਏਗਾ। ਕਲੀਅਰ ਹੋ ਗਿਆ ਨਾ ਕਿ ਸਵਿੱਚ ਗੇਅਰ ਦਾ ਕੰਮ ਕੀ ਹੁੰਦਾ ਵਾ, ਕਿ ਇਹ ਅਸੈਂਬਲੀ ਆਫ ਆਪਰੇਟਸ ਹੁੰਦੀ ਆ, ਜਿਹਦਾ ਕੰਮ ਕੀ ਹੁੰਦਾ ਹੈ, ਸਵਿਚਿੰਗ ਕੰਟਰੋਲਿੰਗ ਐਂਡ ਪ੍ਰੋਟੈਕਟਿੰਗ ਦੀ ਇਲੈਕਟ੍ਰੀਕਲ ਪਾਵਰ ਸਿਸਟਮ ਐਂਡ ਇਕਿਪਮੈਂਟ ਇਜ਼ ਨੋਨ ਐਜ਼ ਸਵਿੱਚ ਗੇਅਰ। ਕਲੀਅਰ। ਹੁਣ ਇਹਦੇ ਵਿੱਚ ਇੱਕ ਇਗਜ਼ਾਮਪਲ ਲੈਂਦੇ ਹਾਂ ਕਿ ਇੱਕ ਪਾਵਰ ਸਿਸਟਮ, ਮਤਲਬ ਸਕੀਮੈਟਿਕ ਅਰੇਂਜਮੈਂਟ ਆਫ ਸਵਿੱਚ ਗੇਅਰ। ਓਕੇ, ਇਹ ਕੀ ਹੈ, ਇਹਨੂੰ ਇਹ ਹੈਗਾ ਸਰਕਟ ਬ੍ਰੇਕਰ, ਠੀਕ ਹੈ, ਆਹ ਜਿਹੜਾ ਤੁਹਾਨੂੰ ਪੁਆਇੰਟ ਨਜ਼ਰ ਆ ਰਿਹਾ, ਇਹ ਕੀ ਹੈ, ਸਰਕਟ ਬ੍ਰੇਕਰ ਹੈ, ਅਤੇ ਇਹ ਕੀ ਹੈ, ਸੀ ਟੀ, ਕਿਉਂ ਹੁਣ ਲਾਈਨ ਦੇ ਵਿੱਚ ਕਰੰਟ ਜ਼ਿਆਦਾ ਹੈ, ਸੋ ਇਸ ਕਰਕੇ ਇੱਥੇ ਆਪਾਂ ਕਰੰਟ ਟਰਾਂਸਫਾਰਮਰ ਯੂਜ਼ ਕੀਤਾ ਹੈ। ਇਹ ਪ੍ਰਾਇਮਰੀ ਹੈ ਸੀ ਟੀ ਦੀ, ਠੀਕ ਹੈ, ਅਤੇ ਆਹ ਜਿਹੜੀ ਵਾਈਂਡਿੰਗ ਹੈ, ਇਹ ਕੀ ਹੈ, ਸੈਕੰਡਰੀ ਹੈ, ਇਹਨੂੰ ਕੀ ਕਹਿਤਾ, ਰਿਲੇ ਕੋਇਲ, ਠੀਕ ਹੈ, ਇਹ ਸੈਕੰਡਰੀ ਸਾਈਡ 'ਤੇ ਆ ਗਿਆ ਨਾ। ਓਕੇ, ਅਤੇ ਇੱਥੇ ਕੀ ਹੈ, ਕੋਇਲ ਲੱਗੀ ਹੋਈ ਹੈ ਕੋਈ। ਓਕੇ, ਹੋਇਆ ਕੀ ਹੈ ਕਿ ਇਸ ਪੁਆਇੰਟ ਦੇ ਉੱਤੇ ਫੋਲਟ ਪੈ ਗਿਆ ਹੈ, ਇਸ ਪੁਆਇੰਟ ਦੇ ਉੱਤੇ ਕੀ ਆ, ਕੋਈ ਫੋਲਟ ਅਕਰ ਹੋ ਗਿਆ, ਸ਼ੋਰਟ ਸਰਕਟ ਫੋਲਟ, ਅਰਥ ਫੋਲਟ, ਕੋਈ ਵੀ ਫੋਲਟ ਅਕਰ ਹੋ ਗਿਆ। ਹੁਣ ਕਰੰਟ ਦੀ ਜਿਹੜੀ ਵੈਲਿਊ ਹੈ, ਜਿੰਨੇ ਤੱਕ ਕਰੰਟ ਦੀ ਵੈਲਿਊ ਜਿਹੜੀ ਆ ਨੋਰਮਲ ਹੈ ਜਾਂ ਰੇਟਡ ਵੈਲਿਊ ਹੈ ਕਰੰਟ ਦੀ, ਉਨੀ ਦੇਰ ਤੱਕ ਜਿਹੜਾ ਆ ਸਵਿੱਚ ਲੱਗਾ ਹੋਇਆ ਹੈ, ਠੀਕ ਹੈ, ਇਹਨੂੰ ਮਤਲਬ ਪੁੱਲ ਨਹੀਂ ਕਰੇਗੀ ਰਿਲੇ ਕੋਇਲ ਆਪਣੇ ਵੱਲ ਨਹੀਂ ਖਿੱਚੇਗੀ। ਜਦੋਂ ਇਹਦੇ ਵਿੱਚ ਮੰਨ ਲਓ ਆਪਾਂ ਸਿਸਟਮ ਨੂੰ ਡਿਜ਼ਾਈਨ ਕੀਤਾ ਵਾ ਕਿ 7 ਐਂਪੀਅਰ ਤੱਕ ਜਿਹੜਾ ਵਾ ਨੋਰਮਲ ਕਰੰਟ ਹੈ, ਅਤੇ ਜੇ ਇੱਥੋਂ ਤੱਕ ਜੇ ਕਰੰਟ ਫਲੋ ਕਰੇਗਾ ਤਾਂ ਜਿਹੜੀ ਰਿਲੇ ਕੋਇਲ ਵਾ ਇਹ 'ਚ ਇੰਨੀ ਸ਼ਕਤੀ ਨਹੀਂ ਹੋਏਗੀ ਕਿ ਇਹ ਇਸ ਸਵਿੱਚ ਨੂੰ ਆਪਣੇ ਵੱਲ ਖਿੱਚ ਸਕੇ, ਠੀਕ ਹੈ, ਇਹਨੂੰ ਆਪਣੇ ਵੱਲ ਖਿੱਚ ਸਕੇ, ਪੁੱਲ ਕਰ ਸਕੇ।
बट जेकर यदि वैल्यू जी सत्त तो वध जाती है, 8 एम्पीयर हो जाती है, फिर की करेगी रिलेक ऑयल जी स्विच में अपने वाल खिंच लेगी। जो इन्हें खिंच लिया तो यह की है, दो जो पॉइंट ने शॉर्ट सर्किट हो जाएंगे। जो शॉर्ट सर्किट हो गए तो जो करंट है, ठीक है, जोड़ा करंट है, क्योंकि इतने बैटरी लगी हुई है, जोड़ा करंट है ये फ्लो कर जाएगा इस सर्किट के पिछों। आ देखो, ठीक है, क्लोज सर्किट हो गया ना, जिन्नी देर तक ओपन सर्किट ही उन्नी देर तक तो फ्लो नहीं किया, बट जो क्लोज सर्किट होया तो करंट फ्लो कर गया। तो यह की है ट्रिप कॉयल, इन्हें की करना है, इतने हुण कंटैक्ट्स जिहड़े आ उह ब्रेकर दे नाल जुड़े हुए ने, तो इन्हें की करना वा जदों भी इहदे विचों करंट फ्लो करेगा इन्हें अपने वाले नूं पुल कर लेना, खिंच लेना है। हुण होया की आ, जिहड़े कंटैक्ट क्लोज ही उह की हो गए ओपन, तो जिहड़ा साडा सर्किट है वह की है वह डिसकनैक्ट हो गया फॉल्टी सैक्शन तो। पता चल गया है, बड़ा सिंपल जहा है कि ये की सी टी है, रिलेक ऑयल है, रिलेक ऑयल ने जदों मतलब जिहड़ा रेटड करंट तो वध करंट फ्लो करेगा तो उदों ही अपने वाले खे पुल कर लेगी इस इनू, तो ये की क्लोज सर्किट बन गया। क्लोज सर्किट कितों फ्लो करेगा करंट, फिर ट्रिप कॉयल के जो ट्रिप कॉयल के फ्लो किया वो जो करंट किहदे करके फ्लो करेगा, बैटरी करके, तो इन्हें इनू अपने वाल पुल कर लेना, तो जो कॉन्टैक्ट्स ने की हो जाएंगे ओपन हो जाएंगे। जो कॉन्टैक्ट्स ओपन हो गए तो वो की होएगा कि जोड़ा साडा सर्किट है, जोड़ा साडा सिस्टम है वो बचेगा शॉर्ट सर्किट तो, जोड़ा नुकसान होना उस तो बचाव हो जाएगा। नैक्सट एक हों स्विच, एक हों आइसोलेटर, एक हों सर्किट ब्रेकर। हूँ तिना च फर्क की है, ठीक है, तिना च फर्क की है। हूँ जोड़ा स्विच है, जोड़ा स्विच है यू मेक एंड ब्रेक, मेक का मतलब हों जो आप ऑन करना, ब्रेक का मतलब जो आप ऑफ करना, ठीक है, सर्किट में ऑन ऑफ कर आप गल करनी है। मेक एंड ब्रेक, मेक एंड ब्रेक, ठीक है, सारे की गल करा, इनू आप मेक एंड ब्रेक किस हालातों के कर सकते हैं, किस सिचुएशनस के कर सकते हैं, ठीक है, अंडर फुल लोड, जेकर फुल लोड है तो भी मेक और ब्रेक कर सकते हैं, ठीक है, तो नो लोड कंडीशनस के भी, नो लोड कंडीशन के भी, समझ लग गई। जिहड़ा स्विच है उन्हूं आपां फुल लोड ते नो लोड दोनों कंडीशनस दे विच मेक और ब्रेक कर सकते हैं, ऑन और ऑफ कर सकते हैं। उस तो बाद आइंदा आइसोलेटर, आइसोलेटर नूं सिर्फ आपां नो लोड कंडीशन दे विच ही मतलब ब्रेक करांगे, नो लोड कंडीशन दे विच ही ब्रेक करांगे, नो लोड कंडीशन दे विच ही इहनूं ब्रेक करांगे। जे इहनूं आपां फुल लोड ते करदे हां तो की होएगा, इहदे विच कोई भी मीडियम नहीं हैगा जिहड़ा इहदे विच जिहड़ी स्पार्किंग आर्क पैदा होनी उहनूं बुझा सके, तो जिहदे नाल की होएगा शॉर्ट सर्किट, मतलब सिंपली आप कह सकते हैं कि जिहदे नाल की है कि जिहड़ी अपना जिहड़े कॉन्टैक्ट्स होणगे इहदे ये की होणगे, ये डैमेज हो जाएंगे बुरी तरह, क्योंकि हवा दे विचों करंट फ्लो होना शुरू हो जाएगा ना इस करके। नैक्सट आएगा सर्किट ब्रेकर, सर्किट ब्रेकर नूं आपां जिहड़ा ऑपरेट कर सकते हैं इहनूं आपां नो लोड, नंबर एक, नंबर दो इनू फुल लोड, तो नंबर तीन फॉल्ट कंडीशन, फॉल्ट कंडीशन कि आप इनू तिना कंडीशनस के, ठीक है, पहली कंडीशन कि नो लोड, दूजी कि फुल लोड, तीजी कि फॉल्ट कंडीशन, तिना कंडीशनस के आप मेक और ब्रेक कर सकते हैं, मेक और ब्रेक कर सकते हैं। हुण तुसीं ये सोचते हो कि जी फॉल्ट आ जी सर, फॉल्ट दे विच आपां किदां करांगे, ब्रेक तो करांगे नहीं फॉल्ट दे विच, कई बारी पता नहीं हुंदा कि फॉल्ट क्लीयर होया कि नहीं होया, बट सानूं चैक करना पैंदा है उहदे विच, जे फॉल्ट करंट फ्लो करता होवे तो उस टाइम उहनूं आपां कनैक्ट कर सकते हैं, मतलब मेक कर सकते हैं कॉन्टैक्ट, ठीक है। आई स्विच, आइसोलेटर तो सर्किट ब्रेकर का पता चल गया, स्विच जिहड़े फुल लोड तो नो लोड, जिहड़े आइसोलेटर ओनली नो लोड, तो जिहड़े सर्किट ब्रेकर वा वो नो लोड फुल लोड फॉल्ट कंडीशन, तिना कंडीशनस के ऑन और ऑफ किया जा सकता है। क्लीयर स्टूडेंट्स, नैक्सट आ गया ऑपरेटिंग प्रिंसीपल ऑफ सर्किट ब्रेकर, ऑपरेटिंग प्रिंसीपल ऑफ सर्किट ब्रेकर। ये ना कुछ चीज़ा सानू मतलब समझनिया पैणगियां, बड़िया इंपोर्टेंट ने कि जिहड़ियां कि मतलब पेपर के पॉइंट ऑफ व्यू तो भी देखा जाए फिर भी इंपोर्टेंट ने। पहली गल, जिहड़ा सर्किट ब्रेकर है इहनूं आपां मेक और ब्रेक, मेक और ब्रेक, मेक और ब्रेक नूं फिर एक बार समझ लो कि एक जदों आपां स्विच ऑन करना उहनूं कह देंगे मेक,
ਤੇ ਜਦੋਂ ਆਪਾਂ ਇਹਨੂੰ ਸਵਿਚ ਆਫ ਕਰਨਾ ਉਹਨੂੰ ਕਹਿ ਦਾਂਗੇ ਬ੍ਰੇਕ। ਮੇਕ ਔਰ ਬ੍ਰੇਕ ਨੂੰ ਜ਼ਿਆਦਾ ਮਤਲਬ ਆਪਣੇ ਆਪ ਨੂੰ ਜ਼ਿਆਦਾ ਕਨਫਿਊਜ਼ ਨਾ ਕਰ ਲਿਓ ਉਸ ਚੀਜ਼ ਨੂੰ ਲੈ ਕੇ, ਠੀਕ ਹੈ। ਮੇਕ ਔਰ ਬ੍ਰੇਕ ਆ ਸਰਕਿਟ, ਮੇਕ ਔਰ ਬ੍ਰੇਕ ਆ ਸਰਕਿਟ ਆਈਦਰ ਮੈਨੂਅਲੀ ਔਰ ਬਾਈ ਰਿਮੋਟ ਕੰਟਰੋਲ ਅੰਡਰ ਨੋਰਮਲ ਕੰਡੀਸ਼ਨ। ਆਈਦਰ ਆਈਦਰ ਮੈਨੂਅਲੀ, ਮੈਨੂਅਲੀ ਵੀ ਕੋਲ ਜਾ ਕੇ ਵੀ ਆਪਾਂ ਕਰ ਸਕਦੇ ਹਾਂ, ਔਰ ਬਾਏ ਰਿਮੋਟ ਕੰਟਰੋਲ। ਔਰ ਬਾਏ ਰਿਮੋਟ ਦਾ ਮਤਲਬ ਹੁੰਦਾ ਦੂਰੋਂ ਵੀ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ, ਰਿਮੋਟ ਕੰਟਰੋਲ, ਠੀਕ ਹੈ, ਅੰਡਰ ਨੋਰਮਲ ਕੰਡੀਸ਼ਨ। ਰਿਮੋਟ ਕੰਟਰੋਲ ਅੰਡਰ ਨੋਰਮਲ ਕੰਡੀਸ਼ਨ, ਰਿਮੋਟ ਕੰਟਰੋਲ ਅੰਡਰ ਨੋਰਮਲ ਕੰਡੀਸ਼ਨਸ, ਜੇਕਰ ਨੋਰਮਲ ਕੰਡੀਸ਼ਨ। ਬ੍ਰੇਕ, ਠੀਕ ਹੈ, ਇਹਦੇ 'ਚ ਆ ਗਿਆ ਹੁਣ ਬ੍ਰੇਕ। ਬ੍ਰੇਕ ਆ ਸਰਕਿਟ ਆਟੋਮੈਟਿਕਲੀ, ਬ੍ਰੇਕ ਆ ਸਰਕਿਟ ਆਟੋਮੈਟਿਕਲੀ। ਆਟੋਮੈਟਿਕਲੀ ਦਾ ਮਤਲਬ ਕਿ ਸਾਨੂੰ ਉਹਦੇ ਵਿੱਚ ਜਾ ਕੇ ਖੁਦ ਕਰਨ ਦੀ ਕੁਛ ਵੀ ਆਪਰੇਸ਼ਨ ਪਰਫੋਰਮ ਕਰਨ ਦੀ ਜ਼ਰੂਰਤ ਨਹੀਂ ਹੈਗੀ, ਆਟੋਮੈਟਿਕਲੀ। ਕਿਸ ਕੰਡੀਸ਼ਨ ਦੇ ਵਿੱਚ ਆਟੋਮੈਟਿਕਲੀ ਕਰੇਗਾ? ਆਟੋਮੈਟਿਕਲੀ ਕਰੇਗਾ ਅੰਡਰ ਫੋਲਟ ਕੰਡੀਸ਼ਨ, ਅੰਡਰ ਫੋਲਟ ਕੰਡੀਸ਼ਨ। ਜਦੋਂ ਫੋਲਟ ਪੈ ਗਿਆ ਇਹ ਸਰਕਟ ਬ੍ਰੇਕ ਸਿਸਟਮ ਦੇ ਵਿੱਚ, ਉਸ ਟਾਈਮ ਜਿਹੜਾ ਸਰਕਟ ਬ੍ਰੇਕ ਕਰੇ ਉਹ ਆਟੋਮੈਟਿਕਲੀ ਬ੍ਰੇਕ ਕਰ ਦੇਗਾ ਸਰਕਟ ਨੂੰ, ਠੀਕ ਹੈ, ਅੰਡਰ ਫੋਲਟ ਕੰਡੀਸ਼ਨ। ਕਿਹੜੀ ਕੰਡੀਸ਼ਨ ਦੇ ਵਿੱਚ ਆਟੋਮੈਟਿਕਲੀ ਬ੍ਰੇਕ ਕਰੇਗਾ? ਜਦੋਂ ਫੋਲਟ ਪੈ ਗਿਆ, ਠੀਕ ਹੈ। ਹੁਣ ਜਿਹੜਾ ਮੇਕ ਹੈ, ਇਕੱਲੇ ਮੇਕ ਦੀ ਗੱਲ ਕਰਦੇ ਹਾਂ, ਮੇਕ ਆ ਸਰਕਿਟ, ਉਹ 'ਚ ਬ੍ਰੇਕ ਦੀ ਕੀਤੀ ਨਾ। ਹੁਣ ਅੰਡਰ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ? ਫੋਲਟ ਕੰਡੀਸ਼ਨ, ਠੀਕ ਹੈ। ਇਹਦੇ ਵਿੱਚ ਇਹ ਕੀ ਆ, ਆਪਾਂ ਇੱਥੇ ਇੱਕ ਹੋਰ ਚੀਜ਼ ਨੋਟ ਕਰ ਲਈਏ, ਇਹਦੇ ਵਿੱਚ ਈਦਰ ਮੈਨੂਅਲੀ ਔਰ ਰਿਮੋਟ ਕੰਟਰੋਲ, ਈਦਰ ਮੈਨੂਅਲੀ, ਮੈਨੂਅਲੀ ਕੋਲ ਜਾ ਕੇ। ਹੁਣ ਤੁਸੀਂ ਦੇਖਿਓ ਫੀਡਰ ਦੇ ਉੱਤੇ ਜਦੋਂ ਸਰਕਟ ਬ੍ਰੇਕਰ ਜਿਹੜਾ ਵਾ, ਤੁਸੀਂ ਦੇਖਿਆ ਹੀ ਹੋਣਾ ਵਾ, ਸਬਸਟੇਸ਼ਨ 'ਤੇ ਵਿਜ਼ਿਟ ਕੀਤਾ ਹੋਏਗਾ, ਤੁਸੀਂ ਦੇਖਿਓ ਜਦੋਂ ਸਰਕਟ ਕੋਈ ਫੋਲਟ ਪੈਂਦਾ ਹੈ ਫੀਡਰ ਦੇ ਉੱਤੇ, ਤਾਂ ਉਹ ਕੀ ਕਰਦਾ, ਸਰਕਟ ਬ੍ਰੇਕਰ ਜਿਹੜਾ ਡਿਸਕਨੈਕਟ ਕਰ ਦਿੰਦਾ ਸਰਕਟ ਨੂੰ। ਉਸ ਤੋਂ ਬਾਅਦ ਉਹਦੇ ਕੋਲ ਜਾ ਕੇ ਮਤਲਬ ਉਹਨੂੰ ਕਨੈਕਟ ਕਰਦੇ ਹਾਂ। ਹੁਣ ਕੀ ਆ, ਹੁਣ ਸਕਾਡਾ ਸਿਸਟਮ ਆ ਗਿਆ ਹੈ, ਉਹਦੇ ਕਰਕੇ ਕੀ ਆ, ਰਿਮੋਟ ਕੰਟਰੋਲ ਮਤਲਬ ਉਹ ਆਪਾਂ ਜਿਹੜਾ ਕਹਿ ਲਓ ਕਿ ਕੰਟਰੋਲ ਜਿਹੜਾ ਵਾ, ਆਪਾਂ ਜਿਹੜਾ ਇਹਦਾ ਸੈਂਟਰ ਹੋਏਗਾ, ਸਕਾਡਾ ਸੈਂਟਰ ਹੋਏਗਾ, ਉੱਥੋਂ ਵੀ ਕੰਟਰੋਲ ਕਰ ਸਕਦਾ ਕੋਈ ਵੀ ਸਬਸਟੇਸ਼ਨ ਜਿਹੜੇ ਇਹਦੇ ਨਾਲ ਕਨੈਕਟ ਹੋਣਗੇ, ਔਰ ਬਾਏ ਰਿਮੋਟ ਕੰਟਰੋਲ, ਰਿਮੋਟ ਕੰਟਰੋਲ, ਠੀਕ ਹੈ। ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ? ਅੰਡਰ ਅੰਡਰ ਫੋਲਟ ਕੰਡੀਸ਼ਨ, ਅੰਡਰ ਫੋਲਟ ਕੰਡੀਸ਼ਨ, ਠੀਕ ਹੈ। ਫੋਲਟ ਕੰਡੀਸ਼ਨ ਦੇ ਵਿੱਚ ਵੀ ਇਹਨੂੰ ਮੇਕ ਕੀਤਾ ਜਾ ਸਕਦਾ ਹੈ, ਮੈਨੂਅਲੀ ਔਰ ਰਿਮੋਟ ਕੰਟਰੋਲ। ਆਟੋਮੈਟਿਕਲੀ ਸਿਰਫ ਇੱਕੋ ਕੰਡੀਸ਼ਨ ਦੇ ਵਿੱਚ ਕੰਮ ਕਰੇਗਾ, ਉਹ ਵੀ ਆਟੋਮੈਟਿਕਲੀ ਕਰੇਗਾ, ਠੀਕ ਹੈ। ਆਟੋਮੈਟਿਕਲੀ ਮਤਲਬ ਜਦੋਂ ਫੋਲਟ ਕੰਡੀਸ਼ਨ ਹੋਏਗਾ ਉਦੋਂ ਉਹਨੂੰ ਬ੍ਰੇਕ ਕਰੇਗਾ ਆਟੋਮੈਟਿਕਲੀ, ਠੀਕ ਹੈ। ਹੁਣ ਓਪਰੇਟਿੰਗ ਪ੍ਰਿੰਸੀਪਲ ਕੀ ਆ, ਹੁਣ ਜਿਹੜਾ ਸਰਕਟ ਬ੍ਰੇਕਰ ਹੁੰਦਾ ਉਹਦੇ ਦੋ ਕੰਟੈਕਟਸ ਹੁੰਦੇ ਨੇ, ਠੀਕ ਹੈ, ਦੋ ਕੰਟੈਕਟਸ ਹੋਣਗੇ, ਠੀਕ ਹੈ। ਸਪੋਜ਼ ਕਰੋ ਇੱਕ ਮੈਂ ਆਇਲ ਸਰਕਟ ਬ੍ਰੇਕਰ ਦੀ ਐਗਜ਼ਾਮਪਲ ਤੁਹਾਨੂੰ ਦੇਣ ਲੱਗਾ ਵਾਂ, ਇਹਦੇ ਵਿੱਚ ਕੀ ਦੋ ਕੰਟੈਕਟਸ ਨੇ, ਇੱਕ ਇਹ ਕੰਟੈਕਟ ਹੈ ਅਤੇ ਇੱਕ ਇਹ ਕੰਟੈਕਟ ਹੈ, ਦੋ ਕੰਟੈਕਟ ਨੇ, ਠੀਕ ਹੈ। ਇਹ ਅਤੇ ਇਹ ਵਾਲੇ, ਇਹਨੇ ਫਿਕਸਡ ਕੰਟੈਕਟ, ਇਹਨੇ ਫਿਕਸ ਰਹਿਣਾ ਹੈ ਕੰਟੈਕਟਸ, ਅਤੇ ਇਹ ਜਿਹੜੇ ਨੇ ਇਹ ਕੀ ਆ, ਮੂਵਿੰਗ ਕੰਟੈਕਟਸ, ਠੀਕ ਹੈ, ਮੂਵਿੰਗ ਕੰਟੈਕਟਸ। ਅਤੇ ਇਹਨਾਂ ਨੂੰ ਕੰਟੈਕਟਸ ਨੂੰ ਕੀ ਕਹਿੰਦੇ ਨੇ, ਇਲੈਕਟ੍ਰੋਡਸ, ਕੀ ਕਹਿੰਦੇ ਨੇ, ਇਲੈਕਟ੍ਰੋਡਸ ਕਹਿੰਦੇ ਨੇ, ਇਲੈਕਟ੍ਰੋਡਸ ਕਹਿੰਦੇ ਨੇ, ਓਕੇ। ਅੰਡਰ ਨੋਰਮਲ ਓਪਰੇਟਿੰਗ ਕੰਡੀਸ਼ਨ, ਠੀਕ ਹੈ, ਜਦੋਂ ਇਹਨੂੰ ਇਹ ਕਲੋਜ਼ ਹੀ ਰਹਿਣਗੇ, ਜੋ ਨੋਰਮਲ ਓਪਰੇਟਿੰਗ ਕੰਡੀਸ਼ਨ ਦੇ ਵਿੱਚ ਕੀ ਹੈ, ਆਪਸ 'ਚ ਜੁੜੇ ਰਹਿਣਗੇ। ਬਟ ਜਦੋਂ ਫੋਲਟ ਪਏਗਾ, ਠੀਕ ਹੈ, ਜਾਂ ਫਿਰ ਆਪਾਂ ਮਤਲਬ ਖੁਦ ਨਹੀਂ ਇਹਨੂੰ ਬੰਦ ਕਰਨਾ ਚਾਹੁੰਦੇ, ਉਦੋਂ ਤੱਕ ਕੀ ਆ, ਅੰਡਰ ਨੋਰਮਲ ਕੰਡੀਸ਼ਨ ਇਹਨਾਂ ਨੇ ਕਰੰਟ ਜਿਹੜਾ ਕੈਰੀ ਕਰੀ ਜਾਣਾ ਵਾ। ਅਤੇ ਇਹਨੂੰ ਓਪਨ ਆਪਾਂ ਦੋ ਤਰੀਕੇ ਨਾਲ ਕਰਾ ਸਕਦੇ, ਉਹ ਤੁਹਾਨੂੰ ਦੱਸਿਆ, ਜਾਂ ਤਾਂ ਫਾਲਟ ਪੈ ਗਿਆ ਜਾਂ ਅਸੀਂ ਖੁਦ ਜਾ ਕੇ ਓਪਨ ਕਰਵਾਵਾਂਗੇ, ਖੁਦ ਜਾ ਕੇ ਬ੍ਰੇਕ ਕਰਾਂਗੇ। ਉਸ ਟਾਈਮ ਕੀ ਹੁੰਦਾ ਵਾ, ਜਦੋਂ ਵੀ ਕੋਈ ਸਿਸਟਮ ਦੇ ਉੱਤੇ ਫਾਲਟ ਟੱਕਰ ਹੋਏਗਾ, ਫਿਰ ਕੀ ਹੈ, ਜਿਹੜਾ ਆਪਾਂ ਲਾਸਟ ਡਾਇਗ੍ਰਾਮ ਮੈਂ ਤੁਹਾਨੂੰ ਸਮਝਾਈ ਸੀ, ਜਿਹੜਾ ਟ੍ਰਿਪ ਸਰਕਟ ਵਾਲੀ, ਇਹ ਕੀ ਕਰੇਗਾ, ਰਿਲੇ ਕੋਇਲ ਜਿਹੜੀ ਆ ਉਹਨੇ ਇਹ ਸਰਕਟ ਨੂੰ ਕੀ ਕਰਤਾ, ਮਤਲਬ ਕਲੋਜ਼ ਕਰਤਾ, ਅਤੇ ਜਿਹਦੇ ਨਾਲ ਕੀ ਆ, ਟ੍ਰਿਪ ਕੋਇਲ ਜਿਹੜੀ ਐਨਰਜਾਈਡ ਹੋ ਜਾਏਗੀ ਅਤੇ ਓਪਰੇਟ ਕਰੇਗੀ, ਅਤੇ ਜਿਹਦੇ ਨਾਲ ਕੀ ਆ, ਜਿਹੜਾ ਸਰਕਟ ਵਾ ਸਰਕਟ ਬ੍ਰੇਕਰ ਨੂੰ ਮਤਲਬ ਕਹਿ ਲਓ ਕਿ ਉਹ ਜਿਹੜਾ ਮੈਕੇਨਿਜ਼ਮ ਜਿਹੜਾ, ਕਿਉਂਕਿ ਜਿਹੜੇ ਆਹ ਕੰਟੈਕਟਸ ਨੇ, ਠੀਕ ਹੈ, ਇੱਥੇ ਆ ਸਮਝੋ, ਆਹ ਜਿਹੜੇ ਕੰਟੈਕਟਸ ਨੇ ਇਹ ਫਿਕਸਡ ਨੇ, ਠੀਕ ਹੈ, ਬਟ ਆਹ ਜਿਹੜੇ ਕੰਟੈਕਟਸ ਹੈਗੇ ਨੇ ਇਹ ਮੂਵਿੰਗ ਨੇ, ਅਤੇ ਇਹ ਕੀ ਕਰੇਗਾ, ਮੂਵਿੰਗ ਕੰਟੈਕਟਸ ਨੂੰ ਆਪਣੇ ਵੱਲ ਖਿੱਚ ਲਏਗਾ,
ठीक है। यही चीज़ मैं इतने तुम दसनी है कि ये जो फिक्स्ड कॉन्टैक्ट ने जो फॉल्ट पै गया और जो मूविंग कॉन्टैक्ट्स ने ये की हो जाएंगे, ये सैपरेट हो जाएंगे फिक्स कॉन्टैक्ट्स नाल। ओके, तो ये की होएगा जो सर्किट है वो की हो जाएगा, ओपन हो जाएगा। ठीक है, इस ऑपरेटिंग प्रिंसीपल से यह काम करता है। हुण जो इन्हों सर्किट ब्रेकर जिहड़ा वा बड़ा लार्ज करंट, मतलब लार्ज करंट नू लार्ज करंट ते ओपरेट करेगा, जिहदे करके की है जिहड़ी लागे दी एयर वगा वो आयोनाइज़ हो जाएगी, तो जिहदे नाल आर्क भी पैदा हो जाती है। तो ठीक है, उस आर्क नू खत्म करन वास्ते की आपां यूज़ करते हैं, फिर इत्थे इत्थे आपां आर्क क्विंचिंग मीडियम यूज़ कर लैंदे आ। ठीक है, उहदे नाम ते फिर सर्किट ब्रेकरां दे नाम हैगे आ, जिद्दां वैक्यूम सर्किट ब्रेकर, एयर सर्किट ब्रेकर, ऑयल सर्किट ब्रेकर, ते SF6 सर्किट ब्रेकर। ओके, सर्किट ब्रेकर दे दो कॉन्टैक्ट्स होंदे ने, मूविंग ते फिक्स्ड कॉन्टैक्ट होंदे ने। जदों फॉल्ट पैंदा जां आप करना होवे, आप करना, तो जिहड़े मूविंग कॉन्टैक्ट्स ने ये जिहड़ा ट्रिप कॉइल होएगा वो इहनूं की करेगा, उहनूं आपां ट्रिप कॉइल नूं एनर्जाइज करवा के अलग कर लईदे आ फिक्स्ड कॉन्टैक्ट नालों, तो जिहड़ा सर्किट है साडा वो ओपन हो जाएगा जां फिर ब्रेक हो जाएगा। ओके, ये सी उहदा वर्किंग प्रिंसीपल। हुण आ गया आर्क फिनोमिना। हुण इहदे विच की आ, साढ़े को दो तरह के मैं तुम्हें कॉन्टैक्ट दसे आ, मान लो फिक्सड है, तो आ जो कॉन्टैक्ट हूँ मैं किया है ये मूविंग है, होया की है कि मैं हूँ कॉन्टैक्ट जोड़े अलग कर लगा वा, अलग करन दा जां ते अहीं अपनी इच्छा के नाल मतलब अलग करांगे कि आप सर्किट को बंद करना चाहते जां फॉल्ट पै जाएगा। हुण इस टाइम इन्हां दे विच की है पूरी तरह ये जुड़े हुए आपस दे विच, पूरा प्रैशर पिया होया, तो करंट जिहड़ा वा ईजली फ्लो करता पिया है। बट जदों आपां इहनूं डिसकनैक्ट करन दी कोशिश कीती, मतलब ये जिहड़े कॉन्टैक्ट जदों आपां सैपरेट करने शुरू किए, अलग करने शुरू किए F ते M, जिहड़ी इहदी एयर आ वो की होएगी आयोनाइज़ हो जाएगी। ठीक है, हुण तुहानूं पता है कि जिहड़ी कंडक्टर दी रजिस्टेंस हुंदी है वो एयर नालों घट हुंदी है। हुण जिहड़ा करंट है वो एयर दे विचों फ्लो होना शुरू हो गया है, कित्थों फ्लो होना शुरू हो गया है, एयर दे विचों फ्लो होना शुरू हो गया है। हुण एयर दे विचों जदों फ्लो करेगा तो उत्थे हीट नहीं पैदा होएगी, आई स्केयर आर लॉसिज होणगे क्योंकि इहदी रजिस्टेंस ज़्यादा है। उन्हां ने की करना है जदों आई स्केयर आर लॉसिज होए, ठीक है, जिहड़ी अपना कि ये फिर जिहड़ा पैदा होएगा इहनूं की कहिंदे ने आर्क कहिंदे ने, इहनूं की कहिंदे ने आर्क, स्पार्किंग इत्थे होणी शुरू हो जाएगी। ठीक है, ये हीट जी प्रोड्यूस होएगी, वो करके की आ जी विचली एयर वा वो आयनाइज होगी दोनों कॉन्टैक्ट्स के विचली, तो ये की आ आर्क पैदा होगी। ठीक है, हुण जिहड़ा पोटेंशियल डिफरेंस होएगा इन दोवां दे विच मूविंग कॉन्टैक्ट्स ते फिक्स कॉन्टैक्ट्स दे विच बहुत घट होएगा, बट ये मतलब सफिशेंट होएगा आर्क नूं मेनटेन करन वास्ते, मतलब आर्क जिहदे नाल बनी रहे। ठीक है, आर्क जिहड़ी आ वो लो रजिस्टिव पाथ जिहड़ी प्रोवाइड करेगी, भावें एयर दे विच फ्लो करदी पई आ करंट, बट वो ये लो रजिस्टिव पाथ जिहड़ा वा वो मतलब दवेगी, लो रजिस्टिव पाथ मतलब लो रजिस्टेंस पाथ जिहड़ा वा वो मतलब प्रोवाइड करेगी। ठीक, ये बड़ा खतरनाक काम है, आर्क नहीं पैदा होनी चाहिए, इस करके की आ आर्क नूं खत्म करना जरूरी है। हुण आर्क नूं आपां किस तरीके नाल खत्म कर सकते हैं, एक तो ये जिहड़ी विचली आ विचले जिहड़ा स्पेस है ये आपां आयोनाइजेशन नूं घट करके, आयोनाइजेशन जिहड़ा अपना कह लो ना आयोनाइज्ड पार्टीकल हुंदे आ उहनां नूं घट करके, ठीक है, डिग्री ऑफ आयोनाइजेशन, आयोनाइजेशन, ठीक है, डिग्री ऑफ आयोनाइजेशन नूं घट करके। ठीक है, जे आयोनाइज्ड पार्टीकल घटनगे तो जिहड़ी इस पाथ दी रजिस्टेंस जिहड़ी मैं कहना ज़्यादा हुंदी आ वह की हो जाएगी, जिहड़ी इस पाथ दी रजिस्टेंस घट मतलब एयर दी रजिस्टेंस ज़्यादा होनी चाहिए ना, बट करंट फ्लो करता पिया इस करके की है रजिस्टेंस घट है, उहदे करके की होएगा जिहड़ी इहदी रजिस्टेंस आ वध जाएगी, जे आयोनाइज्ड पार्टीकल घट गए तो रजिस्टेंस जिहड़ी वध जाएगी। दूजी की है लेंथ ऑफ द आर्क, लेंथ ऑफ द आर्क, हुण लेंथ ऑफ द आर्क का मतलब की है जिहड़ा इन्हां दोवां कॉन्टैक्ट्स के विचली दूरी आ, ये जिन्नी ज़्यादा दूरी वधा लाँगे मतलब जिनी दूरी इन्हां दी होएगी उन्नी जिहड़ी रजिस्टेंस आ वध जाएगी, मतलब ये इत्थे आ जेकर इहनूं आपां इन्नी दूर लै जाएंगे तो इहदे नाल की आ रजिस्टेंस जिहड़ी आ वो इनक्रीज़ हो जाएगी। क्लीयर, तीसरा की आ क्रॉस सैक्शन ऑफ द आर्क, जेकर आपां जिहड़े साडा कॉन्टैक्ट्स ने उहदी जिहड़ी आर्क मतलब जिहड़े कॉन्टैक्ट्स दे अपना कह लो कि जिहड़े साडे इलैक्ट्रोड्स ने जे
ਉਹਦਾ ਜਿਹੜਾ ਕ੍ਰੋਸ ਸੈਕਸ਼ਨਲ ਏਰੀਆ ਅੱਗੋਂ ਘੱਟ ਹੈ ਉਹਦੇ ਕਰਕੇ ਵੀ ਜਿਹੜੀ ਆਰਕ ਹੈ ਉਹ ਸਾਡੀ ਘੱਟ ਜਾਏਗੀ। ਠੀਕ ਹੈ, ਕ੍ਰੋਸ ਸੈਕਸ਼ਨ ਆਫ ਦੀ ਆਰਕ, ਕ੍ਰੋਸ ਸੈਕਸ਼ਨ ਆਫ ਦੀ ਆਰਕ, ਕਲੀਅਰ। ਨੈਕਸਟ ਹੈ ਪ੍ਰਿੰਸੀਪਲ ਆਫ ਆਰਕ ਐਕਸਟਿੰਕਸ਼ਨ, ਪ੍ਰਿੰਸੀਪਲ ਆਫ ਆਰਕ ਐਕਸਟਿੰਕਸ਼ਨ। ਇਹ ਦੋ ਤਰੀਕਿਆਂ ਦੇ ਨਾਲ ਆਪਾਂ ਐਕਸਟਿੰਕਸ਼ਨ ਦਾ ਮਤਲਬ ਕਿ ਆਰਕ ਜਿਹੜੀ ਕੰਟੈਕਸਟ ਦੇ ਵਿੱਚ ਪੈਦਾ ਹੋ ਗਈ ਆ ਉਹਨੂੰ ਕਿੱਦਾਂ ਘੱਟ ਕਰ ਸਕਦੇ ਹਾਂ। ਜਿਹੜੀ ਆਰਕ ਕੰਟੈਕਸਟ ਦੇ ਵਿੱਚ ਮਤਲਬ ਸਪੇਸ ਜਿਹੜੀ ਕੰਟੈਕਸਟ ਦੇ ਵਿੱਚ ਹੋਏਗੀ ਉਹਦੇ ਵਿੱਚ ਪੈਦਾ ਹੋ ਗਈ ਆ ਉਹਨੂੰ ਕਿਸ ਤਰੀਕੇ ਨਾਲ ਘੱਟ ਕੀਤਾ ਜਾ ਸਕਦਾ ਹੈ, ਇਹਨੂੰ ਦੋ ਮੈਥਡਸ ਦੇ ਨਾਲ ਆਪਾਂ ਘੱਟ ਕਰ ਸਕਦੇ ਹਾਂ। ਇੱਕ ਕਿਹੜਾ ਵਾ, ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦੀ ਕੰਟੈਕਟ, ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦੀ ਕੰਟੈਕਟਸ, ਅਤੇ ਦੂਸਰਾ ਜਿਹੜਾ ਤਰੀਕਾ ਹੁੰਦਾ ਹੈ ਉਹ ਕੀ ਆ, ਆਇਓਨਾਈਜ਼ਡ ਪਾਰਟੀਕਲ ਬਿਟਵੀਨ ਦੀ ਕੰਟੈਕਟਸ, ਆਇਓਨਾਈਜ਼ਡ। ਇਹ ਦੋ ਤਰੀਕੇ ਨੇ, ਮੈਂ ਐਕਸਪਲੇਨ ਕਰਦਾ ਹੁਣੇ, ਆਇਓਨਾਈਜ਼ਡ ਪਾਰਟੀਕਲਸ ਬਿਟਵੀਨ ਦੀ ਕੰਟੈਕਟਸ, ਬਿਟਵੀਨ ਦੀ ਕੰਟੈਕਟਸ। ਠੀਕ ਹੈ, ਹੁਣ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਪੋਟੈਂਸ਼ੀਅਲ ਡਿਫਰੈਂਸ। ਠੀਕ ਹੈ, ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਦੋ ਕੰਟੈਕਟਸ ਦੇ ਵਿੱਚ, ਠੀਕ ਹੈ, ਉਹ ਸਫੀਸ਼ੀਐਂਟ ਹੁੰਦਾ ਵਾ ਆਰਕ ਨੂੰ ਮੇਨਟੇਨ ਕਰਨ ਦੇ ਵਿੱਚ, ਆਰਕ ਨੂੰ ਮੇਨਟੇਨ ਕਰਨ ਦੇ ਲਈ ਉਹ ਸਫੀਸ਼ੀਐਂਟ ਹੁੰਦਾ ਵਾ। ਅਤੇ ਜੇਕਰ ਆਪਾਂ ਚਾਹੁੰਦੇ ਹਾਂ ਕਿ ਜਿਹੜੀ ਆਰਕ ਹੈ, ਠੀਕ ਹੈ, ਆਰਕ ਜਿਹੜੀ ਆ ਉਹ ਮਤਲਬ ਕੀ ਕਹਿੰਦੇ ਐਕਸਟਿੰਗਵਿਸ਼ ਹੋ ਜਾਵੇ, ਖਤਮ ਹੋ ਜਾਵੇ, ਉਹਦੇ ਨਾਲ ਕੀ ਆ ਕਿ ਜਿਹੜੇ ਇਹਨਾਂ ਦੋਨਾਂ ਇਲੈਕਟ੍ਰੋਡਸ ਦੀ ਦੂਰੀ ਆ, ਠੀਕ ਆ, ਇਹ ਬਹੁਤ ਜ਼ਿਆਦਾ ਕਰ ਦੇਣੀ ਪਏਗੀ ਸਾਨੂੰ। ਠੀਕ ਹੈ, ਇਹਨਾਂ ਦੀ ਜਿਹੜੀ ਦੂਰੀ ਆ ਉਹ ਇੰਨੀ ਜ਼ਿਆਦਾ ਕਰ ਦੇਣੀ ਚਾਹੀਦੀ ਆ ਜਾਂ ਇੰਨੀ ਵਧਾ ਦੇਣੀ ਚਾਹੀਦੀ ਆ ਕਿ ਜਿਹਦੇ ਕਰਕੇ ਜਿਹੜੀ ਆ ਪੋਟੈਂਸ਼ੀਅਲ ਡਿਫਰੈਂਸ ਆ, ਜਿਹਦੇ ਕਰਕੇ ਆਰਕ ਪੈਦਾ ਹੋ ਰਹੀ ਆ, ਇਹ ਇਨਅਡਿਕੁਏਟ ਹੋ ਜੇ, ਮਤਲਬ ਇਹ ਸਫੀਸ਼ੀਐਂਟ ਨਾ ਰਹੇ ਆਰਕ ਨੂੰ ਮੇਨਟੇਨ ਕਰਨ ਦੇ ਲਈ। ਬਟ ਇਹ ਜਿਹੜਾ ਮੈਥਡ ਹੈ, ਇਹ ਮੈਥਡ ਜਿਹੜਾ ਵਾ ਉਹ ਮਤਲਬ ਕਹਿ ਲਓ ਕਿ ਪ੍ਰੈਕਟੀਕਲ ਨਹੀਂ ਹੈਗਾ, ਕਿਉਂਕਿ ਜਿੰਨੀ ਜ਼ਿਆਦਾ ਹਾਈ ਵੋਲਟੇਜ ਹੁੰਦੀ ਜਾਏਗੀ ਉਹਦੇ ਨਾਲ ਕੀ ਆ ਜਿਹੜੇ ਕੰਟੈਕਟਸ ਦੀ ਜਿਹੜੀ ਦੂਰੀ ਵਧਾਉਣਾ ਵਾ ਉਹ ਸਾਡੇ ਵਾਸਤੇ ਔਖਾ ਹੋ ਜਾਏਗਾ, ਕਿਉਂਕਿ ਇਹਦੇ ਨਾਲ ਕੀ ਆ ਕੰਟੈਕਟਸ ਕਈ ਮੀਟਰ ਦੂਰ ਤੱਕ ਜਿਹੜੇ ਆ ਸੈਪਰੇਟ ਕਰਨੇ ਪੈਣਗੇ ਸਾਨੂੰ, ਕਿਉਂਕਿ ਜਿਹੜੀ ਵਿਚਲੀ ਏਅਰ ਵਾ ਉਹ ਤਾਂ ਗਰਮ ਹੋਈ ਪਈ ਆ, ਆਇਓਨਾਈਜ਼ ਹੋਈ ਪਈ ਆ। ਠੀਕ ਹੈ, ਉਹਦੇ ਕਰਕੇ ਕੀ ਆ ਕਈ ਮੀਟਰ ਸਾਨੂੰ ਜਿਹੜੇ ਕੰਟੈਕਟਸ ਆ ਉਹ ਸੈਪਰੇਟ ਕਰਨੇ ਪੈਣਗੇ। ਇਸ ਕਰਕੇ ਕੀ ਆ, ਪਹਿਲਾ ਮੈਥਡ ਕੀ ਸੀ ਕਿ ਜਿਹਦੇ ਵਿੱਚ ਆਪਾਂ ਕੰਟੈਕਟਸ ਦੇ ਵਿਚਲੀ ਦੂਰੀ ਵਧਾ ਦਾਂਗੇ, ਅਤੇ ਜਿਹਦੇ ਨਾਲ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ ਦੋਨਾਂ ਕੰਟੈਕਟਸ ਦੇ ਵਿੱਚ ਇਹ ਇਨਸਫੀਸ਼ੀਐਂਟ ਹੋ ਜਾਏਗਾ ਆਰਕ ਨੂੰ ਮੇਨਟੇਨ ਕਰਨ ਦੇ ਵਿੱਚ। ਬਟ ਇਹ ਤੁਹਾਨੂੰ ਦੱਸਿਆ ਕਿ ਮੈਥਡ ਜਿਹੜਾ ਉਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ। ਦੂਜਾ ਕੀ ਆ, ਆਇਓਨਾਈਜ਼ਡ ਪਾਰਟੀਕਲ ਬਿਟਵੀਨ ਦੀ ਕੰਟੈਕਟਸ। ਹੁਣ ਜਿਹੜੇ ਆਇਓਨਾਈਜ਼ਡ ਪਾਰਟੀਕਲ ਨੇ, ਠੀਕ ਹੈ, ਆਇਓਨਾਈਜ਼ਡ ਪਾਰਟੀਕਲ ਦਾ ਮਤਲਬ ਕੀ ਆ ਕਿ ਜਿਹੜੀ ਏਅਰ ਕੰਡਕਟਿੰਗ ਬਣੀ ਹੋਈ ਆ ਆਪਾਂ ਕੀ ਕਰਾਂਗੇ ਉਹਨੂੰ ਵਿੱਚੋਂ ਵਾਈਪ ਆਊਟ ਕਰ ਦਾਂਗੇ, ਵਾਈਪ ਆਫ ਕਰ ਦਾਂਗੇ। ਠੀਕ ਹੈ, ਇਹਦੇ ਨਾਲ ਕੀ ਹੋਏਗਾ ਜਿਹੜੇ ਪਾਰਟੀਕਲਸ ਹੈਗੇ ਆ ਉਹਨਾਂ ਨੂੰ ਖਤਮ ਕਰ ਦਾਂਗੇ, ਠੀਕ ਹੈ, ਠੰਡਾ ਕਰ ਦਾਂਗੇ, ਰਿਮੂਵ ਕਰ ਦਾਂਗੇ। ਠੀਕ ਹੈ, ਹੁਣ ਜਿਹੜਾ ਮੋਸਟਲੀ ਜਿਹੜੇ ਸਾਡੇ ਸਰਕਟ ਬ੍ਰੇਕਰ ਨੇ, ਮੋਸਟਲੀ ਕਿ ਸਾਰੇ ਸਰਕਟਸ ਬ੍ਰੇਕਰ ਦੇ ਵਿੱਚ ਆਪਾਂ ਇਹੀ ਮੈਥਡ ਯੂਜ਼ ਕਰਦੇ ਹਾਂ। ਠੀਕ ਹੈ, ਆਇਓਨਾਈਜ਼ਡ ਪਾਰਟੀਕਲਸ ਨੂੰ ਰਿਮੂਵ ਕਰਕੇ ਜਾਂ ਉਹਨੂੰ ਕੂਲ ਡਾਊਨ ਕਰਕੇ ਜਿਹੜਾ ਆਪਾਂ ਆਰਕ ਨੂੰ ਖਤਮ ਕਰ ਦੇਈਦਾ ਵਾ। ਆਰਕ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਪਤਾ ਚੱਲ ਗਿਆ ਕਿ ਕਿਸ ਤਰ੍ਹਾਂ ਹੈ। ਪਹਿਲਾਂ ਤੁਹਾਨੂੰ ਦੱਸਿਆ ਸਰਕਟ ਬ੍ਰੇਕਰ, ਫਿਰ ਤੁਹਾਨੂੰ ਦੱਸਿਆ ਕਿ ਸਰਕਟ ਬ੍ਰੇਕਰ ਦੇ ਵਿੱਚ ਆਰਕ ਕਿੱਦਾਂ ਪੈਦਾ ਹੁੰਦੀ ਆ, ਹੁਣ ਇਹ ਦੱਸਤਾ ਤੁਹਾਨੂੰ ਕਿ ਸਰਕਟ ਬ੍ਰੇਕਰ ਨੂੰ ਆਪਾਂ ਜਿਹੜੀ ਆਰਕ ਆ ਉਹਨੂੰ ਕਿੱਦਾਂ ਖਤਮ ਕਰਦੇ ਹਾਂ। ਹੁਣ ਮੈਥਡਸ ਆ ਗਏ, ਮੈਥਡਸ ਆਫ ਆਰਕ ਐਕਸਟਿੰਕਸ਼ਨ, ਕਿ ਮੈਥਡ ਕਿਹੜੇ ਕਿਹੜੇ ਨੇ। ਇਹ ਦੋ ਮੈਥਡ ਹੁੰਦੇ ਨੇ, ਇੱਕ ਹਾਈ ਰਜਿਸਟੈਂਸ ਮੈਥਡ ਹੁੰਦਾ, ਇੱਕ ਲੋਅਰ ਰਜਿਸਟੈਂਸ ਮੈਥਡ ਹੁੰਦਾ ਵਾ। ਹਾਈ ਰਜਿਸਟੈਂਸ ਮੈਥਡ ਦਾ ਮਤਲਬ ਕੀ ਆ ਕਿ ਅਸੀਂ ਜਿਹੜੇ ਦੋ ਕੰਟੈਕਟਸ ਹੋਣਗੇ ਸਾਡੇ, ਠੀਕ ਹੈ, ਉਹਦੇ ਵਿੱਚ ਜਿਹੜੀ ਰਜਿਸਟੈਂਸ ਆ ਇੰਨੀ ਜ਼ਿਆਦਾ ਵਧਾ ਦਾਂਗੇ। ਠੀਕ ਹੈ, ਇਹ ਫਿਕਸਡ ਕੰਟੈਕਟ ਹੈ, ਇਹ ਮੂਵਿੰਗ ਕੰਟੈਕਟ ਹੈ, ਇਹਨਾਂ ਦੋਨਾਂ ਦੇ ਵਿਚਲੀ ਜਿਹੜੀ ਰਜਿਸਟੈਂਸ ਆ ਇੰਨੀ ਜ਼ਿਆਦਾ ਇਨਕਰੀਜ਼ ਕਰ ਦਾਂਗੇ ਕਿ ਜਿਹੜੀ ਸਫੀਸ਼ੀਐਂਟ ਨਾ ਜਿਹੜੀ ਮਤਲਬ ਜਿਹਦੇ ਕਰਕੇ ਕੀ ਆ ਜਿਹੜੀ ਕਰੰਟ ਮਤਲਬ ਇੰਨਾ ਜ਼ਿਆਦਾ ਘੱਟ ਜਾਏਗਾ। ਠੀਕ ਹੈ, ਰਜਿਸਟੈਂਸ ਵਧਣ ਦਾ ਮਤਲਬ ਕੀ ਹੈ, ਕਰੰਟ ਘੱਟਦਾ ਹੈ। ਆਈ ਇਜ਼ ਈਕਲ ਟੂ ਵੀ ਬਾਏ ਆਰ, ਜੇ ਆਪਾਂ ਰਜਿਸਟੈਂਸ ਦੀ ਵੈਲਿਊ ਬਹੁਤ ਜ਼ਿਆਦਾ ਕਰ ਦਾਂਗੇ ਕਰੰਟ ਦੀ ਵੈਲਿਊ ਬਹੁਤ ਘੱਟ ਜਾਏਗੀ, ਅਤੇ ਜੇ ਕਰੰਟ ਦੀ ਵੈਲਿਊ ਇੰਨੀ ਘਟਾ ਦੇਣੀ ਆ ਕਿ ਜਿਹਦੇ ਨਾਲ ਜਿਹੜੀ ਆਰਕ ਆ ਉਹ ਮੇਨਟੇਨ ਨਾ ਹੋਵੇ, ਮਤਲਬ ਇਹਦੇ ਵਿੱਚ ਜਿਹੜੀ ਆਰਕ ਆ ਉਹ ਖਤਮ ਹੋ ਜਾਵੇ। ਆਰਕ ਨੂੰ ਜੇ ਸਮਝਣਾ ਹੋਵੇ ਨਾ ਸਿੰਪਲੀ, ਜੇ ਤੁਸੀਂ ਵੈਲਡਿੰਗ ਕਰਦਾ ਵੈਲਡਿੰਗ ਦੇਖੀ ਹੋਣੀ ਆ ਹੁੰਦੀ ਜਿਹੜੀ, ਉਹ ਆਰਕ ਵੈਲਡਿੰਗ ਹੁੰਦੀ ਹੈ, ਇਸ ਤਰ੍ਹਾਂ ਦੇ ਚੰਗਿਆੜੇ ਨਿਕਲਦੇ ਆ ਵਿੱਚੋਂ। ਠੀਕ ਹੈ, ਓਕੇ, ਇਹਨੂੰ ਕਹਿੰਦੇ ਨੇ ਹਾਈ ਰਜਿਸਟੈਂਸ ਮੈਥਡ। ਹੁਣ ਜਿਹੜਾ ਇਹ ਮੈਥਡ ਹੈ ਇਹ ਇਕੱਲਾ ਆਪਾਂ ਡੀਸੀ ਸਰਕਟ ਬ੍ਰੇਕਰਸ ਦੇ ਵਿੱਚ ਹੀ ਯੂਜ਼ ਕਰਦੇ ਹਾਂ। ਕਿੱਥੇ ਯੂਜ਼ ਕਰਦੇ ਹਾਂ? ਡੀਸੀ ਸਰਕਟ ਬ੍ਰੇਕਰਸ ਦੇ ਵਿੱਚ। ਨੰਬਰ ਇੱਕ,
ਜਾਂ ਫਿਰ ਲੋ ਏਸੀ ਸਰਕਟ ਬ੍ਰੇਕਰਸ ਦੇ ਵਿੱਚ, ਲੋ ਏਸੀ ਸਰਕਟ ਬ੍ਰੇਕਰਸ ਦੇ ਵਿੱਚ ਇਹ ਆਪਾਂ ਇੱਥੇ ਯੂਜ਼ ਕਰਦੇ ਹਾਂ। ਹੁਣ ਆਪਾਂ ਕਿਹੜੇ ਕਿਹੜੇ ਮੈਥਡ ਦੇ ਨਾਲ ਆਪਾਂ ਰਜਿਸਟੈਂਸ ਜਿਹੜੀ ਆ ਉਹ ਵਧਾ ਸਕਦੇ ਹਾਂ ਆਰਕ ਦੀ? ਪਹਿਲਾ ਮੈਥਡ ਹੈਗਾ ਵਾ ਲੈਂਥਨਿੰਗ ਆਫ ਦੀ ਆਰਕ, ਲੈਂਥਨਿੰਗ ਦੀ ਆਰਕ, ਲੈਂਥਨਿੰਗ ਦੀ ਆਰਕ। ਓਕੇ, ਇਹਦੇ ਵਿੱਚ ਕੀ ਆ, ਜਿਹੜੀ ਆਰਕ ਹੋਏਗੀ, ਆਰਕ ਦੀ ਜਿਹੜੀ ਰਜਿਸਟੈਂਸ ਹੋਏਗੀ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ ਇਹਦੇ ਵਿੱਚ ਜਿਹੜੀ ਲੈਂਥ ਹੈ, ਦੋ ਕੰਟੈਕਟਸ ਦੇ ਵਿੱਚਲੀ ਜਿਹੜੀ ਲੈਂਥ ਹੁੰਦੀ ਆ। ਠੀਕ ਹੈ, ਇਹਨੂੰ ਆਪਾਂ ਫਿਰ ਕਿੱਦਾਂ ਵਧਾ ਸਕਦੇ ਹਾਂ ਕਿ ਦੋ ਕੰਟੈਕਟਸ ਦੇ ਵਿਚਲਾ ਗੈਪ ਵਧਾ ਕੇ। ਠੀਕ ਹੈ, ਨੰਬਰ ਦੋ ਕੂਲਿੰਗ ਦੀ ਆਰਕ, ਕੂਲਿੰਗ ਦੀ ਆਰਕ। ਇਹ ਮੈਂ ਕੀ ਪੜ੍ਹਾ ਰਿਹਾ ਵਾਂ, ਹਾਈ ਰਜਿਸਟੈਂਸ ਮੈਥਡ ਪੜ੍ਹਾ ਰਿਹਾ ਵਾਂ। ਇਹ ਕਿਹੜੇ ਕਿਹੜੇ ਸਰਕਟ ਬ੍ਰੇਕਰ ਦੇ ਵਿੱਚ ਆਪਾਂ ਇੰਪਲੋਈ ਕਰ ਸਕਦੇ ਹਾਂ, ਇੱਕ ਡੀਸੀ ਸਰਕਟ ਬ੍ਰੇਕਰਸ ਦੇ ਵਿੱਚ ਅਤੇ ਇੱਕ ਲੋ ਏਸੀ ਸਰਕਟ ਬ੍ਰੇਕਰਸ ਦੇ ਵਿੱਚ, ਲੋ ਵੋਲਟੇਜ ਏਸੀ ਸਰਕਟ ਬ੍ਰੇਕਰ ਦੇ ਵਿੱਚ। ਓਕੇ, ਲੋ ਮਤਲਬ, ਲੋ ਦਾ ਮਤਲਬ ਲੋ ਕਪੈਸਿਟੀ ਕਹਿ ਲਈ ਹੈ। ਠੀਕ ਹੈ, ਲੋ ਕਪੈਸਿਟੀ ਇੱਥੇ ਲਿਖ ਦਿੰਦਾ ਵਾਂ। ਠੀਕ ਹੈ, ਲੋ ਕਪੈਸਿਟੀ। ਅਤੇ ਇਹਦੇ ਵਿੱਚ ਕੀ ਆ, ਆਪਾਂ ਕਿਸ ਤਰੀਕੇ ਦੇ ਨਾਲ ਇਹ ਮੈਥਡ ਜਿਹੜਾ ਅਚੀਵ ਕਰ ਸਕਦੇ ਹਾਂ, ਹਾਈ ਰਜਿਸਟੈਂਸ ਮੈਥਡ। ਉਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸਿਆ ਵਾ ਲੈਂਥਨਿੰਗ ਦੀ ਆਰਕ, ਕਿ ਜਿਹੜਾ ਗੈਪ ਹੈ ਦੋਨੋਂ ਕੰਟੈਕਸਟ ਦਾ ਵਧਾ ਦਾਂਗੇ। ਦੂਸਰਾ ਕੀ ਦੱਸਿਆ, ਕੂਲਿੰਗ ਦੀ ਆਰਕ, ਕੂਲਿੰਗ ਦੀ ਆਰਕ। ਓਕੇ, ਅਤੇ ਤੀਸਰਾ ਕੀ ਆ, ਕੂਲਿੰਗ ਦਾ ਮਤਲਬ ਸਮਝਿਆ ਜੇ ਠੰਡਾ ਕਰਨਾ। ਠੀਕ ਹੈ, ਕੂਲਿੰਗ ਹੈਲਪਸ ਇਨ ਦੀ ਡੀਆਇਨਾਈਜੇਸ਼ਨ। ਠੀਕ ਹੈ, ਇਹਦੇ ਜਿਹੜੇ ਆਇਓਨਾਈਜ਼ਡ ਪਾਰਟੀਕਲਸ ਨੇ ਇਹਨੂੰ ਡੀਆਇਨਾਈਜੇਸ਼ਨ ਦੇ ਵਿੱਚ, ਜਿਹੜਾ ਮੀਡੀਅਮ ਹੁੰਦਾ ਵਾ ਦੋ ਕੰਟੈਕਟਸ ਦੇ ਵਿਚਲਾ, ਉਹਨੂੰ ਡੀਆਇਨਾਈਜ਼ ਕਰਨ ਦੇ ਵਿੱਚ ਹੈਲਪ ਕਰਦੀ ਹੈ। ਅਤੇ ਇਹਦੇ ਨਾਲ ਕੀ ਆ, ਜੇ ਉਹ ਜਿਹੜਾ ਆਪਣਾ ਕਹਿ ਲਓ ਕਿ ਆਇਓਨਾਈਜ਼ ਪਾਰਟੀਕਲ ਘੱਟ ਗਏ, ਅਤੇ ਉਹਦੇ ਨਾਲ ਕੀ ਆ, ਜਿਹੜੀ ਰਜਿਸਟੈਂਸ ਆ ਉਹ ਵੱਜੇਗੀ, ਆਰਕ ਦੀ ਰਜਿਸਟੈਂਸ ਵੱਜੇਗੀ। ਠੀਕ ਹੈ, ਨੈਕਸਟ ਆ ਗਿਆ ਰਿਡਿਊਸਡ, ਜਾਂ ਲਿਖ ਲਈਏ ਰਿਡਿਊਸਿੰਗ ਕ੍ਰੋਸ ਸੈਕਸ਼ਨ ਆਫ ਦੀ ਆਰਕ, ਆਫ ਦੀ ਆਰਕ। ਠੀਕ ਹੈ, ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਜਿਹੜਾ ਇਹਦੇ ਇੱਕ ਇਲੈਕਟ੍ਰੋਡਸ ਹੁੰਦੇ ਆ ਆਪਾਂ ਯੂਜ਼ ਕਰਦੇ ਹਾਂ, ਇਹਨਾਂ ਦਾ ਮੂੰਹ ਇਸ ਤਰੀਕੇ ਨਾਲ ਆਪਾਂ ਯੂਜ਼ ਕਰ ਲਾਂਗੇ ਕਿ ਇਹ ਸਫੀਸ਼ੀਐਂਟ ਨਾ ਰਹਿਣ, ਮਤਲਬ ਜਿੰਨਾ ਇਹਦਾ ਸਰਫੇਸ ਏਰੀਆ ਕੰਟੈਕਟਸ ਦਾ ਹੋਏਗਾ ਨਾ, ਉਨੀ ਜ਼ਿਆਦਾ ਆਰਕ ਜਿਹੜੀ ਆ ਉਹ ਜ਼ਿਆਦਾ ਹੋਏਗੀ। ਇਹਦੇ ਨਾਲ ਕੀ ਆ ਕਿ ਆਪਾਂ ਫਿਰ ਇਸ ਤਰ੍ਹਾਂ ਦਾ ਮੈਥਡ ਯੂਜ਼ ਕਰਾਂਗੇ ਕਿ ਇਹਦੇ ਨਾਲ ਰਿਡਿਊਸ ਕਰ ਲਾਂਗੇ। ਰਿਡਿਊਸ ਕੀ ਕਰ ਲਾਂਗੇ, ਇਹਦਾ ਜਿਹੜਾ ਸਰਫੇਸ ਏਰੀਆ ਕੰਟੈਕਟਸ ਦਾ ਹੈ, ਠੀਕ ਹੈ, ਸਾਹਮਣੇ ਸਾਹਮਣੇ। ਇਹਦੇ ਨਾਲ ਵੀ ਕੀ ਹੋਏਗਾ ਕਿ ਜਿਹੜੀ ਆਰਕ ਦੀ ਰਜਿਸਟੈਂਸ ਵੱਜੇਗੀ, ਅਤੇ ਆਰਕ ਐਕਸਟਿੰਕਸ਼ਨ ਮੈਥਡ ਜਿਹੜਾ ਵਾ, ਮਤਲਬ ਆਰਕ ਜਿਹੜੀ ਆ ਬੁੱਝੇਗੀ। ਨੰਬਰ ਫੋਰਥ, ਸਪਲਿਟਿੰਗ ਦੀ ਆਰਕ, ਸਪਲਿਟਿੰਗ, ਸਪਲਿਟ ਦਾ ਮਤਲਬ ਹੁੰਦਾ ਤੋੜਨਾ, ਸਪਲਿਟਿੰਗ ਦੀ ਆਰਕ, ਸਪਲਿਟ ਦਾ ਮਤਲਬ ਹੁੰਦਾ ਤੋੜਨਾ। ਹੁਣ ਇਹਦੇ ਵਿੱਚ ਕੀ ਆ, ਕੋਈ ਕੰਡਕਟਿੰਗ ਮੀਡੀਅਮ ਆਪਾਂ ਯੂਜ਼ ਕਰ ਲਾਂਗੇ, ਅਤੇ ਜਿਹਦੇ ਨਾਲ ਕੀ ਆ, ਆਰਕ ਜਿਹੜੀ ਸਪਲਿਟ ਹੋ ਜਾਏਗੀ। ਠੀਕ ਹੈ, ਅਤੇ ਉਹਦੇ ਨਾਲ ਕੀ ਆ, ਆਰਕ ਜਿਹੜੀ ਆ ਉਹ ਸੀਰੀਜ਼ ਦੇ ਵਿੱਚ ਹੋ ਜਾਏਗੀ, ਨੰਬਰ ਆਫ ਸਮਾਲਰ ਆਰਕਸ ਇਨ ਸੀਰੀਜ਼। ਠੀਕ ਹੈ, ਇਹਨੂੰ ਡਿਵਾਈਡ ਕਰ ਦਾਂਗੇ ਆਰਕ ਨੂੰ। ਠੀਕ ਹੈ, ਇਹ ਆਪਾਂ ਕਿਸ ਤਰ੍ਹਾਂ ਅਚੀਵ ਕਰ ਸਕਦੇ ਹਾਂ, ਇਹਦੇ ਵਿੱਚ ਆਪਾਂ ਮਤਲਬ ਕੋਈ ਕੰਡਕਟਿੰਗ ਪਲੇਟਸ, ਸਮ ਕੰਡਕਟਿੰਗ ਪਲੇਟਸ ਜਿਹੜੀਆਂ ਉਹ ਕੰਟੈਕਟਸ ਦੇ ਵਿੱਚ ਪਲੇਸ ਕਰਕੇ, ਇੰਟਰੋਡਿਊਸ ਕਰਕੇ। ਓਕੇ, ਠੀਕ ਹੈ ਸਟੂਡੈਂਟਸ, ਨੈਕਸਟ ਕੀ ਹੈ, ਲੋਅ ਰਜਿਸਟੈਂਸ ਮੈਥਡ। ਹੁਣ ਹਾਈ ਰਜਿਸਟੈਂਸ ਮੈਥਡ ਪੜ੍ਹਿਆ ਸੀ, ਹੁਣ ਲੋਅ ਰਜਿਸਟੈਂਸ ਮੈਥਡ ਪੜ੍ਹਾਂਗੇ। ਆਪਾਂ ਮੈਥਡ ਕਿਹੜੇ ਪੜ੍ਹਦੇ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਆਰਕ ਨੂੰ ਆਪਾਂ ਖਤਮ ਕਰ ਸਕਦੇ ਹਾਂ। ਠੀਕ ਹੈ, ਆਰਕ ਨਹੀਂ ਨਾ ਹੋਣੀ ਚਾਹੀਦੀ, ਤੁਹਾਨੂੰ ਦੱਸਿਆ ਉਹਨਾਂ ਕੰਟੈਕਟਸ ਜਿਹੜੇ ਉਹ ਬ੍ਰੇਕ ਹੋ ਜਾਣਗੇ ਸਰਕਟ ਬ੍ਰੇਕਰ ਦੇ ਵਿੱਚ, ਬਹੁਤ ਜ਼ਿਆਦਾ ਹੀਟ ਪੈਦਾ ਹੋਏਗੀ, ਅੱਗ ਲੱਗ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਆਪਾਂ ਇਹ ਮੈਥਡ ਪੜ੍ਹਦੇ ਪਏ ਹਾਂ ਕਿ ਕਿਹੜੇ ਕਿਹੜੇ ਮੈਥਡ ਹੁੰਦੇ ਨੇ। ਲੋਅ ਰਜਿਸਟੈਂਸ ਮੈਥਡ ਦੇ ਵਿੱਚ ਕੀ ਹੁੰਦਾ ਹੈ, ਲੋਅ ਰਜਿਸਟੈਂਸ ਮੈਥਡ ਦੇ ਵਿੱਚ ਕੀ ਹੁੰਦਾ ਹੈ? ਹੁਣ ਜਿਹੜਾ ਇਹ ਲੋਅ ਰਜਿਸਟੈਂਸ ਮੈਥਡ ਹੈ ਨਾ, ਇਹ ਏਸੀ ਸਰਕਟਸ ਦੇ ਵਿੱਚ ਹੀ ਇਕੱਲਾ ਇੰਪਲੋਈ ਕਰਾਂਗੇ, ਏਸੀ ਸਰਕਟਸ ਦੇ ਵਿੱਚ ਹੀ। ਠੀਕ ਹੈ, ਏਸੀ ਸਰਕਟਸ ਜਿਹੜੇ ਹੁੰਦੇ ਨਾ, ਉਹਨਾਂ 'ਚ ਹੀ ਇਕੱਲਾ ਇਹ ਇੰਪਲੋਈ ਹੋਣਾ ਹੈ। ਹੁਣ ਜਿਵੇਂ ਕਿ ਸਾਨੂੰ ਪਤਾ ਹੀ ਆ ਕਿ ਜਿਹੜਾ ਕਰੰਟ ਹੈ, ਠੀਕ ਹੈ, ਕਰੰਟ ਕੀ ਹੈ, ਇਹ ਵੇਰੀ ਕਰਦਾ ਹੈ ਵਿਦ ਰਿਸਪੈਕਟ ਟੂ ਟਾਈਮ। ਹੁਣ ਇਸ ਪੁਆਇੰਟ 'ਤੇ ਆ ਕੇ ਨੈਚੁਰਲੀ ਕਰੰਟ ਜ਼ੀਰੋ ਹੋ ਜਾਂਦਾ ਹੈ, ਇਸ ਪੁਆਇੰਟ ਦੇ ਉੱਤੇ ਆ ਕੇ ਨੈਚੁਰਲੀ ਕਰੰਟ ਜਿਹੜਾ ਵਾ ਜ਼ੀਰੋ ਹੋ ਜਾਏਗਾ। ਇਸ ਕਰਕੇ ਕੀ ਆ, ਇਨ ਐਨ ਏਸੀ ਸਿਸਟਮ ਕਰੰਟ ਡ੍ਰੋਪ ਟੂ ਜ਼ੀਰੋ ਆਫਟਰ ਐਵਰੀ ਹਾਫ ਸਾਈਕਲ, ਹਰ ਹਾਫ ਸਾਈਕਲ ਤੋਂ ਬਾਅਦ ਜਿਹੜਾ ਕਰੰਟ ਵਾ ਉਹ ਜ਼ੀਰੋ ਹੋ ਰਿਹਾ ਹੈ। ਓਕੇ, ਹੁਣ ਸਾਨੂੰ ਪਤਾ ਹੈ ਕਿ ਜਿਹੜੇ ਕੰਟੈਕਟਸ ਹੁੰਦੇ ਨੇ ਇਹਦੇ ਵਿੱਚ, ਜਿਹੜਾ ਮੀਡੀਅਮ ਹੋਏਗਾ, ਠੀਕ ਹੈ, ਮੀਡੀਅਮ ਜਿਹੜਾ ਹੋਏਗਾ ਇਹਦੇ ਵਿੱਚ, ਉਹਦੇ ਵਿੱਚ ਆਇਨਸ ਹੋਣਗੇ ਅਤੇ ਇਲੈਕਟ੍ਰੋਨਸ ਹੋਣਗੇ। ਠੀਕ ਹੈ, ਇਹੀ ਮੀਡੀਅਮ ਹੈ ਨਾ, ਇਹਦੇ ਵਿੱਚ ਕੀ ਆ, ਆਇਨਸ ਨੇ ਅਤੇ ਇਲੈਕਟ੍ਰੋਨਸ ਨੇ, ਆਇਨਸ ਔਰ ਇਲੈਕਟ੍ਰੋਨਸ। ਹੁਣ ਇਸ ਕਰਕੇ ਕੀ ਆ,
ਇਹਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੋਏਗੀ ਉਹ ਘੱਟ ਹੋਏਗੀ, ਮਤਲਬ ਇਹ ਜਿਹੜਾ ਇਹ 'ਚ ਡਿਸਚਾਰਜ ਜਿਹੜਾ ਵਾ ਈਜ਼ਲੀ ਮਤਲਬ ਡਿਵੈਲਪ ਹੋ ਜਾਏਗਾ, ਈਜ਼ਲੀ ਮਤਲਬ ਮੇਨਟੇਨ ਹੋ ਜਾਏਗਾ, ਠੀਕ ਹੈ ਨਾ। ਇਸ ਕਰਕੇ ਕੀ ਆ ਇਹਦੀ ਕੀ ਆ ਡਾਇਲੈਕਟ੍ਰਿਕ ਸਟਰੈਂਥ ਕੀ ਹੋਏਗੀ, ਲੈਸ ਡਾਇਲੈਕਟ੍ਰਿਕ ਸਟਰੈਂਥ, ਡਾਇਲੈਕਟ੍ਰਿਕ ਸਟਰੈਂਥ, ਠੀਕ ਹੈ। ਡਾਇਲੈਕਟ੍ਰਿਕ ਸਟਰੈਂਥ ਕੀ ਹੁੰਦੀ ਆ ਕਿ ਕਿੰਨਾ ਜਿਹੜਾ ਇਲੈਕਟ੍ਰਿਕ ਪੋਟੈਂਸ਼ੀਅਲ ਜਿਹੜਾ ਵਾ ਉਹ ਮਟੀਰੀਅਲ ਬੀਅਰ ਕਰ ਸਕਦਾ ਹੈ, ਇਨਸੂਲੇਟਿੰਗ ਮਟੀਰੀਅਲ ਬੀਅਰ ਕਰ ਸਕਦਾ। ਹੁਣ ਏਅਰ ਵਾ, ਏਅਰ ਦੇ ਵਿੱਚੋਂ ਜੇਕਰ ਕਰੰਟ ਫਲੋ ਕਰਦਾ ਪਿਆ ਤਾਂ ਹੀ ਕਰਦਾ ਪਿਆ ਕਿ ਉਹਦੀ ਡਾਇਲੈਕਟ੍ਰਿਕ ਸਟਰੈਂਥ ਘੱਟ ਹੈ, ਡਾਇਲੈਕਟ੍ਰਿਕ ਸਟਰੈਂਥ ਘੱਟ ਹੈ। ਹੁਣ ਇਸ ਮੈਥਡ ਦੇ ਵਿੱਚ ਕੀ ਕਰਨਾ ਵਾ, ਜਦੋਂ ਕਰੰਟ ਜ਼ੀਰੋ ਹੋਇਆ ਤਾਂ ਜਦੋਂ ਦੂਜਾ ਹਾਫ ਸਾਈਕਲ ਜਿਹੜਾ ਵਾ ਉਹਨੇ ਮਤਲਬ ਐਨਦਰ ਹਾਫ ਸਾਈਕਲ ਮਤਲਬ ਇੱਕ ਹੋਰ ਹਾਫ ਸਾਈਕਲ ਨੇ ਜਦੋਂ ਰਾਈਜ਼ ਕਰਨਾ ਹੈ, ਅਸੀਂ ਉਸ ਤੋਂ ਪਹਿਲਾਂ ਕੀ ਕਰਨਾ ਕਿ ਜਿਹੜੀ ਇਹਦੇ ਵਿੱਚ ਲੀ, ਠੀਕ ਆ, ਜਿਹੜਾ ਮੀਡੀਅਮ ਇਹਦੇ ਵਿੱਚ ਲਾ, ਇਹਦੀ ਡਾਇਲੈਕਟ੍ਰਿਕ ਸਟਰੈਂਥ ਨੂੰ ਵਧਾ ਦੇਣਾ ਹੈ, ਇਹਦੇ ਡਾਇਲੈਕਟ੍ਰਿਕ ਸਟਰੈਂਥ ਨੂੰ ਇਨਕਰੀਜ਼ ਕਰ ਦਾਂਗੇ। ਹੁੰਦਾ ਕੀ ਹੈ ਕਿ ਜਦੋਂ ਇਹਨੇ ਕਰੰਟ ਨੇ ਜ਼ੀਰੋ ਹੋਣਾ ਵਾ, ਠੀਕ ਹੈ, ਜਦੋਂ ਇਸ ਕਰੰਟ ਨੇ ਜ਼ੀਰੋ ਹੋਣਾ ਵਾ, ਜਦੋਂ ਨਵਾਂ ਹਾਫ ਸਾਈਕਲ ਚੱਲਣਾ, ਇਹਨੂੰ ਕੀ ਕਹਿੰਦੇ ਆ ਰੀਸਟ੍ਰਾਈਕਿੰਗ ਵੋਲਟੇਜ, ਠੀਕ ਹੈ, ਜਦੋਂ ਵੋਲਟੇਜ ਨੇ ਦੁਬਾਰਾ ਮਤਲਬ ਕੰਟੈਕਟ ਵੋਲਟੇਜ ਨੇ ਦੁਬਾਰਾ ਰਾਈਜ਼ ਕਰਨਾ ਹੈ, ਠੀਕ ਹੈ, ਕਿਉਂਕਿ ਏਸੀ ਸਿਸਟਮ ਦੀ ਗੱਲ ਕਰਦੇ ਪਏ ਨਾ, ਕੰਟੈਕਟ ਵੋਲਟੇਜ ਨੇ ਦੁਬਾਰਾ ਰਾਈਜ਼ ਕਰਨਾ ਹੈ ਕਿ ਉਹਦੇ ਨਾਲ ਕੀ ਆ ਕਿ ਜਿਹੜੇ ਇਹਦੇ ਕਹਿ ਲਓ ਕਿ ਡਾਇਲੈਕਟ੍ਰਿਕ ਸਟਰੈਂਥ ਸਮਾਲ ਹੋਣ ਕਰਕੇ ਇਹ ਝੱਟ ਬ੍ਰੇਕ ਹੋ ਜਾਣਾ ਇਹਦੇ ਫਿਰ, ਅਤੇ ਕਰੰਟ ਨੇ ਮੇਨਟੇਨਡ ਹੀ ਰਹਿਣਾ, ਮਤਲਬ ਕਰੰਟ ਨੇ ਫਲੋ ਕਰਦੇ ਰਹਿਣਾ ਵਾ, ਅਤੇ ਕਦੋਂ ਤੱਕ ਆਪਣਾ ਮੇਨਟੇਨ ਰਹੇਗਾ, ਜਦੋਂ ਤੱਕ ਆਪਾਂ ਇਹਨੂੰ ਕੰਪਲੀਟਲੀ ਮਤਲਬ ਜ਼ੀਰੋ ਨਹੀਂ ਕਰ ਦਿੰਦੇ, ਓਕੇ। ਕਰੰਟ ਹੁਣ ਜਦੋਂ ਕਰੰਟ ਜ਼ੀਰੋ ਹੋਇਆ ਹੈ, ਸਾਡੀ ਉਦੋਂ ਕੋਸ਼ਿਸ਼ ਕੀ ਆ ਕਿ ਆਪਾਂ ਇਹਨੂੰ ਇਹਦੀ ਜਿਹੜੀ ਮੀਡੀਅਮ ਦੀ ਵਿਚਲੀ ਰਜਿਸਟੈਂਸ ਨੂੰ ਇਨਕਰੀਜ਼ ਕਰ ਦੇਣਾ ਹੈ, ਮੀਡੀਅਮ ਦਾ ਜਿਹੜਾ ਮੀਡੀਅਮ ਹੈ ਨਾ, ਆ ਜਿਹੜਾ ਮਤਲਬ ਕੰਟੈਕਟ ਦੇ ਵਿਚਲਾ ਹਿੱਸਾ ਹੈ, ਇਹਦੀ ਜਿਹੜੀ ਰਜਿਸਟੈਂਸ ਨੂੰ ਆ ਉਹ ਕੀ ਕਰਨਾ, ਰਜਿਸਟੈਂਸ ਕਹਿ ਰਿਹਾ ਡਾਇਲੈਕਟ੍ਰਿਕ ਸਟਰੈਂਥ ਨੂੰ ਇਨਕਰੀਜ਼ ਕਰ ਦੇਣਾ ਹੈ, ਡਾਇਲੈਕਟ੍ਰਿਕ ਸਟਰੈਂਥ ਨੂੰ ਇਨਕਰੀਜ਼ ਕਰਨਾ ਹੈ, ਵਧਾਉਣਾ ਹੈ। ਹੁਣ ਉਹ ਮੈਥਡ ਪੜ੍ਹਨੇ ਆ ਕਿ ਆਪਾਂ ਕਿਸ ਤਰੀਕੇ ਨਾਲ ਇਹਦੀ ਡਾਇਲੈਕਟ੍ਰਿਕ ਸਟਰੈਂਥ ਨੂੰ ਵਧਾ ਸਕਦੇ ਹਾਂ, ਠੀਕ ਹੈ। ਹੁਣ ਪਹਿਲਾ ਮੈਥਡ ਕੀ ਆ, ਜਿੱਦਾਂ ਉਹਦੇ ਵਿੱਚ ਪੜ੍ਹੇ ਸੀ, ਪਹਿਲਾ ਮੈਥਡ ਕੀ ਆ, ਲੈਂਥਨਿੰਗ ਆਫ ਦੀ ਏਅਰ, ਲੈਂਥਨਿੰਗ ਆਫ ਦੀ ਗੈਪ, ਲੈਂਥਨਿੰਗ ਆਫ ਦੀ ਗੈਪ, ਜਿਹੜਾ ਗੈਪ ਹੈ ਉਹ ਇੰਨਾ ਜ਼ਿਆਦਾ ਵਧਾ ਦਾਂਗੇ ਇਹਨਾਂ ਦੋਨੋਂ ਕੰਟੈਕਟਸ ਦੇ ਵਿੱਚ ਕਿ ਜਿਹਦੇ ਨਾਲ ਕੀ ਆ ਕਿ ਜਿਹੜੀ ਉਹਦੀ ਹਾਈ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਅਚੀਵ ਹੋ ਜਾਏਗੀ, ਠੀਕ ਹੈ। ਡਾਇਲੈਕਟ੍ਰਿਕ ਸਟਰੈਂਥ ਆਫ ਅ ਮੀਡੀਅਮ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦੀ ਲੈਂਥ ਆਫ ਦੀ ਗੈਪ ਬਿਟਵੀਨ ਦੀ ਕੰਟੈਕਟਸ, ਠੀਕ ਹੈ। ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਫਿਕਸਡ ਕੰਟੈਕਟ ਅਤੇ ਮੂਵਿੰਗ ਕੰਟੈਕਟਸ ਦੇ ਵਿੱਚ, ਜਿੰਨਾ ਗੈਪ ਹੈ ਉਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਜਿੰਨਾ ਜ਼ਿਆਦਾ ਗੈਪ ਕਰ ਦਾਂਗੇ ਉਨੀ ਡਾਇਲੈਕਟ੍ਰਿਕ ਸਟਰੈਂਥ ਵੱਧ ਜਾਏਗੀ। ਦੂਸਰਾ ਮੈਥਡ ਕੀ ਆ, ਹਾਈ ਪ੍ਰੈਸ਼ਰ, ਦੂਸਰਾ ਮੈਥਡ ਕੀ ਹੈ, ਹਾਈ ਪ੍ਰੈਸ਼ਰ, ਠੀਕ ਹੈ। ਇਸ ਮੈਥਡ ਦੇ ਵਿੱਚ ਕੀ ਕਰਾਂਗੇ ਕਿ ਜਿਹੜਾ ਮਟੀਰੀਅਲ ਹੈ, ਠੀਕ ਹੈ, ਆਪਾਂ ਕੀ ਕਰਾਂਗੇ, ਇਸ ਮੈਥਡ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਡੈਂਸਿਟੀ ਹੋਏਗੀ, ਠੀਕ ਹੈ, ਪਾਰਟੀਕਲਸ, ਜਿਹਦੇ ਕਰਕੇ ਕੀ ਆ ਕਿ ਜਿਹੜੀ ਆਰ ਕੇ ਇਹ ਮੇਨਟੇਨਡ ਹੈ, ਠੀਕ ਹੈ, ਉਹਨਾਂ ਪਾਰਟੀਕਲਸ ਨੂੰ ਆਪਾਂ ਹਰ ਰੇਟ 'ਤੇ ਮਤਲਬ ਡੀਆਇਨਾਈਜ਼ ਕਰ ਦਾਂਗੇ, ਠੀਕ ਹੈ, ਇਹਨਾਂ ਨੂੰ ਕੀ ਕਰਾਂਗੇ ਆਪਾਂ ਡੀਆਇਨਾਈਜ਼ ਕਰ ਦਾਂਗੇ, ਅਤੇ ਜਿਹਦੇ ਨਾਲ ਕੀ ਹੈ ਇਹਨਾਂ ਦੇ ਵਿੱਚ ਕੀ ਹੋਏਗਾ, ਡਾਇਲੈਕਟ੍ਰਿਕ ਸਟਰੈਂਥ ਜਿਹੜੀ ਆ ਇਨਕਰੀਜ਼ ਹੋ ਜਾਏਗੀ, ਅਤੇ ਆਰਕ ਜਿਹੜੀ ਆ ਐਕਸਟਿੰਕਟ ਹੋ ਜਾਏਗੀ, ਮਤਲਬ ਖਤਮ ਹੋ ਜਾਏਗੀ। ਤੀਜਾ ਮੈਥਡ ਕੀ ਹੈ, ਕੂਲਿੰਗ, ਤੀਜਾ ਮੈਥਡ ਕੀ ਹੈ, ਕੂਲਿੰਗ, ਠੀਕ ਹੈ। ਅਤੇ ਕੂਲਿੰਗ ਦੇ ਨਾਲ ਵੀ ਜਿਹੜੇ ਆ ਜਿੰਨਾ ਜ਼ਿਆਦਾ ਮਤਲਬ ਜੇ ਆਪਾਂ ਕੂਲ ਕਰਾਂਗੇ ਉਨੇ ਜਿਹੜੇ ਇਹਦੇ ਪਾਰਟੀਕਲਸ ਵਾ ਉਹ ਕੀ ਹੋਣਗੇ, ਉਹਨਾਂ ਦੀ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਹੈ ਇਨਕਰੀਜ਼ ਹੋ ਜਾਏਗੀ, ਠੀਕ ਹੈ। ਕੂਲਿੰਗ ਵੀ ਇੱਕ ਮੈਥਡ ਹੈ। ਤੀਸਰਾ ਕੀ ਹੈ, ਬਲਾਸਟ ਇਫੈਕਟ, ਚੌਥਾ, ਸੋਰੀ, ਚੌਥਾ ਕੀ ਹੈ, ਬਲਾਸਟ ਇਫੈਕਟ, ਠੀਕ ਹੈ। ਬਲਾਸਟ ਇਫੈਕਟ ਦੇ ਨਾਲ ਵੀ ਕੀ ਕਰਦੇ ਹਾਂ ਕਿ ਬਲਾਸਟ ਇਫੈਕਟ ਹੁੰਦਾ ਕੀ ਹੈ ਕਿ ਜਿਹੜੇ ਇਹਦੇ ਆਇਓਨਾਈਜ਼ ਪਾਰਟੀਕਲਸ ਨੇ ਉਹਨਾਂ ਨੂੰ ਸਵੀਪ ਆਊਟ ਕਰ ਦਿੰਦੇ ਹਾਂ, ਮਤਲਬ ਡਾ ਕੇ ਲੈ ਜਾਂਦੇ ਹਾਂ। ਹੁਣ ਜਿਹੜਾ ਸਰਕਟ ਬ੍ਰੇਕਰ ਹੈ ਨਾ, ਏਅਰ ਸਰਕਟ ਬ੍ਰੇਕਰ, ਉਹਦੇ ਵਿੱਚ ਇਹੀ ਤਾਂ ਕਰਨਦੇ ਹਾਂ ਆਪਾਂ, ਉਹਦੇ ਵਿੱਚ ਕਰਨ ਕੀ ਦੇ ਇਹੀ ਤਾਂ ਕਰਨਦੇ ਹਾਂ ਕਿ ਜਦੋਂ ਮਤਲਬ ਕੰਟੈਕਟ ਸੈਪਰੇਟ ਹੁੰਦੇ ਨੇ, ਇੱਥੋਂ ਇੱਕ ਕੰਪਰੈਸਡ ਏਅਰ ਜਿਹੜੀ ਆ ਉਹ ਇੱਕਦਮ ਇੱਥੇ ਆਇਨਾਈਜ਼ਡ ਪਾਰਟੀਕਲ 'ਤੇ ਜਾ ਕੇ ਵੱਜਦੀ ਆ, ਅਤੇ ਉਹ ਕੀ ਆ ਜਿਹੜੇ ਪਾਰਟੀਕਲਸ ਹੁੰਦੇ ਆਇਨਾਈਜ਼ਡ ਪਾਰਟੀਕਲ, ਉਹਨੂੰ ਡਾ ਕੇ ਲੈ ਜਾਂਦੀ ਹੈ, ਠੀਕ ਹੈ, ਫੋਰਸਫੁਲੀ ਮਤਲਬ ਉਹਨੂੰ ਖਤਮ ਕਰ ਦਈਦਾ ਉਹਦੇ ਵਿੱਚ ਆਇਨਾਈਜ਼ਡ ਪਾਰਟੀਕਲਸ ਨੂੰ। ਉਹਦੇ ਨਾਲ ਕੀ ਹੋਏਗਾ ਕਿ ਜਿਹੜਾ ਵਾ ਆਪਣੇ ਜਿਹੜੇ ਆਰਕ ਆ ਉਹ ਐਕਸਟਿੰਕਟ ਹੋ ਜਾਏਗੀ, ਠੀਕ ਹੈ। ਦੋ ਮੈਥਡ ਆਪਾਂ ਪੜ੍ਹੇ, ਇੱਕ ਹਾਈ ਰਜਿਸਟੈਂਸ ਮੈਥਡ ਪੜ੍ਹਿਆ ਅਤੇ ਦੂਸਰਾ ਕਿਹੜਾ ਵਾ, ਲੋਅ ਰਜਿਸਟੈਂਸ ਮੈਥਡ ਪੜ੍ਹਿਆ। ਨੈਕਸਟ ਕੀ ਹੈ, ਵੋਲਟੇਜ ਰਿਲੇਟਿੰਗ ਟੂ ਦੀ ਆਰਕ, ਵੋਲਟੇਜ ਰਿਲੇਟਿੰਗ ਟੂ ਦੀ ਆਰਕ। ਹੁਣ ਕਿਹੜੀ ਕਿਹੜੀ ਵੋਲਟੇਜ ਆ ਜਿਹੜੀ ਆਰਕ ਦੇ ਨਾਲ ਰਿਲੇਟਡ ਹੈ,
ठीक है, पहली वोल्ट हैगी आर्क वोल्टेज। हुण आर्क वोल्टेज की कहिंदे आ, किहनूं कहिंदे आ, इट इज़ द वोल्टेज डैट अपीयर अक्रॉस दी डैट अपीयर्स अक्रॉस द कॉन्टैक्ट्स ऑफ द सर्किट ब्रेकर ब्रेकर्स ड्यूरिंग द आर्किंग पीरियड। ठीक है, जदों आर्क जी डेवलप हुई, ठीक है, इन्हों दोनों कॉन्टैक्ट्स के फिक्स्ड ते मूविंग कॉन्टैक्ट्स के जदों भी आर्क पैदा हुई, ठीक है, तो जी ये अक्रॉस दोनों कॉन्टैक्ट्स के अक्रॉस उस टाइम जी वोल्टेज अपीयर हो रही है उन्होंने कहते हैं आर्क वोल्टेज। जदों कॉन्टैक्ट्स नूं आपां सैपरेट करना स्टार्ट किया इहदे च आर्क पैदा होगी उस टाइम जी वोल्टेज इन्हों दोनों कॉन्टैक्ट्स के हैगी है उन्होंने कह देंगे आर्क वोल्टेज। क्लीयर। दूजी की आ री स्ट्राइकिंग वोल्टेज। हुण री स्ट्राइकिंग वोल्टेज की आ, इट इज़ द ट्रांजिएंट वोल्टेज। ठीक है, इट इज़ द ट्रांजिएंट वोल्टेज। ट्रांजिएंट का मतलब होंगे सडन चेंज, जिहड़ा अचानक जे कोई चेंज आ जाता ना सिस्टम दे विच उन्हूं की कहिंदे ने ट्रांजिएंट। अक्रॉस द कॉन्टैक्ट्स और एट और नियर कॉन्टैक्ट्स एट और नियर नियर करंट जीरो जी करंट जीरो करंट जीरो जीरो ड्यूरिंग द आर्किंग पीरियड। ठीक है, हुण इहदे विच की आ कि मान लो कि ये फॉल्ट करंट है, ठीक है, ये की है फॉल्ट करंट है। हुण जिहड़ी इस वोल्टेज नूं कहिंदे ने ट्रांजिएंट वोल्टेज। जेकर आपां जिहड़े हुण मैथड पिछे पढ़े हुए आ, किहड़े किहड़े मैथड पढ़े ही, एक पढ़िया ही लोअर रजिस्टेंस मैथड तो एक पढ़िया हाई रजिस्टेंस मैथड, तो यह दोनों मैथड की आ आर्क नूं खत्म करन वाले मैथड ने। ये दोनों मैथड कि आर्क नूं खत्म करन वाले मैथड ने। जेकर आर्क खत्म हो जाती आ करंट फिर की हो जाएगा जीरो हो जाएगा, ठीक है, करंट जिहड़ा वा इस पॉइंट ते आ जाएगा। बट जेकर वो जिहड़े साडे आपां आर्क नहीं खत्म होंदी तो वह दोबारा फिर आर्क नूं वधाएगा, दोबारा फिर आर्क नूं मेनटेन करेगा, उन्हूं की कहिंदे ने जिहड़ी वोल्टेज उस टाइम जी अपीयर होएगी उन्हूं की कहिंदे ने री स्ट्राइकिंग वोल्टेज। फिर एक बार समझ लो कि मान लो कि आ कॉन्टैक्ट से, ठीक है, फिक्स्ड कॉन्टैक्ट है, मूविंग कॉन्टैक्ट है। हुण आपां की कीता वा कि इहदे विच जिहड़ी डिलैक्ट्रिक स्ट्रेंथ है इस टाइम लो है, ठीक है, लो डिलैक्ट्रिक स्ट्रेंथ है क्योंकि आयनाइज्ड मीडियम है। ठीक है, जे मान लो कि इहदे विचों आपां अगला जिहड़ा हाफ साइकिल आना है, ठीक है, जीरो तो बाद जिहड़ा नैक्सट हाफ साइकिल आना है, जे तो इहनूं आपां हाई डिलैक्ट्रिक स्ट्रेंथ इहदी करती फिर तो अगले साइकिल दे विच जिहड़ी वोल्ट अपनी आर्क जिहड़ी मेनटेन नहीं रहेगी। जेकर वो आर्क जिहड़ी मेनटेन हुंदी है, ठीक है, वो जिहड़ी ब्रेकडाउन किहदे करके होएगी, वो रीस्ट्राइकिंग वोल्टेज करके होएगी। जिहड़ी आर्क मेनटेन होएगी ना, वो रीस्ट्राइकिंग वोल्टेज करके होएगी, ठीक है। रीस्ट्राइकिंग वोल्टेज किहड़ी आ, जिहड़ी हर हाफ साइकिल तो बाद आर्क नूं मेनटेन करन दे विच हैल्प करदी पई है। इट इज़ द ट्रांजिएंट वोल्टेज डैट अपीयर अक्रॉस द कॉन्टैक्ट्स एट और नियर करंट जीरो ड्यूरिंग द आर्किंग पीरियड इज कॉल्ड ट्रांजिएंट वोल्टेज इज कॉल्ड रीस्ट्राइकिंग वोल्टेज। ओके, नैक्सट है रिकवरी वोल्टेज। ठीक है, रिकवरी वोल्टेज का मतलब की है, ये नॉर्मल फ्रीकुएंसी वोल्टेज होंगी है, नॉर्मल फ्रीकुएंसी RMS वोल्टेज है, ठीक है, डैट अपीयर अक्रॉस द कॉन्टैक्ट्स ऑफ द सर्किट ब्रेकर आफ्टर द फाइनल आर्क एक्सटिंक्शन। जो असी की किया दो कॉन्टैक्ट्स के आर्क नूं खत्म करता है, जिहड़ी हुण इहदे कॉन्टैक्ट्स दे विच जिहड़ी वोल्टेज अपीयर होएगी उहनूं की कह देंगे रिकवरी वोल्टेज। क्लीयर। नैक्सट आ गई सर्किट ब्रेकर रेटिंग्स। हुण सर्किट ब्रेकर रेटिंग्स का मतलब की आ, सर्किट ब्रेकर नूं आपां किस तरीके दे नाल रिएट करते हैं, मतलब इहदे विच कि होएगी।
ਹੁਣ ਸਾਨੂੰ ਜਿੱਦਾਂ ਪਤਾ ਹੈ ਕਿ ਜਿਹੜਾ ਸਰਕਟ ਬ੍ਰੇਕਰ ਹੁੰਦਾ ਵਾ ਉਹ ਸਾਰੀਆਂ ਕੰਡੀਸ਼ਨ ਦੇ ਵਿੱਚ ਆਪਰੇਟ ਕਰਦਾ ਹੈ। ਠੀਕ ਹੈ, ਕਿਹੜੀ ਕਿਹੜੀ ਕੰਡੀਸ਼ਨ ਹੋ ਸਕਦੀ ਹੈ? ਫਾਲਟੀ ਕੰਡੀਸ਼ਨ ਅਤੇ ਨੋਰਮਲ ਕੰਡੀਸ਼ਨ। ਠੀਕ ਹੈ, ਹੁਣ ਸਰਕਟ ਬ੍ਰੇਕਰ ਕੀ ਆ? ਸਰਕਟ ਬ੍ਰੇਕਰ ਦੇ ਵਿੱਚ ਮਤਲਬ ਕਿੱਦਾਂ ਦੇ ਇਹਦੇ ਹੋਣਾ ਚਾਹੀਦਾ ਵਾ, ਰੇਟਿੰਗ ਇਹਦੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ? ਇਟ ਮਸਟ ਬੀ ਕੈਪੇਬਲ ਆਫ ਓਪਨਿੰਗ ਫਾਲਟੀ ਸਰਕਟ ਐਂਡ ਬ੍ਰੇਕਿੰਗ ਦੀ ਫਾਲਟ ਕਰੰਟ। ਠੀਕ ਹੈ, ਫਾਲਟੀ ਸੈਕਸ਼ਨ ਦੇ ਟਾਈਮ ਇਹ ਓਪਨ ਹੋ ਜੇ। ਠੀਕ ਹੈ, ਜੇਕਰ ਫਾਲਟੀ ਸਰਕਟ ਇਹਦੇ ਓਪਨ ਹੋ ਜੇ ਅਤੇ ਫਾਲਟੀ ਕਰੰਟ ਨੂੰ ਬ੍ਰੇਕ ਕਰਦੇ। ਇਟ ਮਸਟ ਬੀ ਕੈਪੇਬਲ ਬੀਇੰਗ ਕਲੋਜ਼ਡ ਔਨ ਟੂ ਅ ਫਾਲਟ। ਜੇਕਰ ਫਾਲਟ ਹੈਗਾ ਤਾਂ ਵੀ ਕਲੋਜ਼ ਹੋ ਜੇ ਜੇ ਆਪਾਂ ਕਰੀਏ। ਇਟ ਮਸਟ ਬੀ ਕੈਪੇਬਲ ਆਫ ਕੈਰਿੰਗ ਫਾਲਟ ਕਰੰਟ ਫਾਰ ਅ ਸ਼ੋਰਟ ਟਾਈਮ। ਇਸ ਤਰ੍ਹਾਂ ਦੀ ਰੇਟਿੰਗ ਆਪਾਂ ਚੂਜ਼ ਕਰਨੀ ਆ ਕਿ ਇਹਦੇ ਵਿੱਚ ਜਿਹੜਾ ਕਰੰਟ ਵੀ ਆ ਸ਼ੋਰਟ ਟਾਈਮ ਦੇ ਲਈ ਸ਼ੋਰਟ। ਹੁਣ ਵੇਖੋ ਨਾ, ਇੱਕ ਸਮੇਂ ਕੀ ਆ ਗੱਲ ਕੀਤੀ ਬ੍ਰੇਕਿੰਗ ਦੀ, ਜਿਹੜਾ ਮੈਂ ਕਿਹਾ ਕਿ ਇਟ ਮਸਟ ਬੀ ਕੈਪੇਬਲ ਆਫ ਓਪਨਿੰਗ ਦੀ ਫਾਲਟ ਸਰਕਟ ਐਂਡ ਬ੍ਰੇਕਿੰਗ ਦੀ ਫਾਲਟ ਕਰੰਟ। ਦੂਜੇ ਪੁਆਇੰਟ ਦੇ ਵਿੱਚ ਮੈਂ ਕੀ ਗੱਲ ਕੀਤੀ ਆ? ਇਟ ਮਸਟ ਬੀ ਕੈਪੇਬਲ ਆਫ ਬੀਇੰਗ ਕਲੋਜ਼ਡ ਔਨ ਟੂ ਅ ਫਾਲਟ। ਜਦੋਂ ਜੇਕਰ ਫਾਲਟ ਕਰੰਟ ਹੈਗਾ ਵਾ ਤਾਂ ਇਹ ਆਪਾਂ ਜੇ ਕਲੋਜ਼ ਵੀ ਕਰ ਦਈਏ ਤਾਂ ਵੀ ਫਾਲਟ ਕਰੰਟ ਦਾ ਮਤਲਬ ਕੀ ਆ? ਐਬਨੋਰਮਲ ਕਰੰਟ, ਬਹੁਤ ਜ਼ਿਆਦਾ ਕਰੰਟ ਹੁੰਦਾ ਹੈ। ਫਾਲਟ ਕਰੰਟ ਜਿਹੜਾ ਵਾ ਉਹਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ। ਤੀਸਰਾ ਕੀ ਆ? ਸ਼ੋਰਟ ਟਾਈਮ ਕਪੈਸਿਟੀ, ਕਿ ਜੇ ਇਨ ਕੇਸ ਮੰਨ ਲਓ ਫਾਲਟ ਪੈ ਵੀ ਗਿਆ ਸਿਸਟਮ ਦੇ ਵਿੱਚ ਕੁਝ ਸਮੇਂ ਦੇ ਲਈ, ਇਹ ਫਾਲਟ ਕਰੰਟ ਨੂੰ ਕੈਰੀ ਕਰ ਲਏ। ਠੀਕ ਹੈ, ਉਹਦਾ ਮਤਲਬ ਇਹ ਹੁੰਦਾ ਨਾ, ਕਈ ਵਾਰੀ ਜਿਹੜਾ ਫੀਡਰ ਹੁੰਦਾ ਵਾ, ਫੀਡਰ ਦੇ ਉੱਤੇ ਕਈ ਵਾਰੀ ਕੋਈ ਚੀਜ਼ ਨਾਲ ਲੱਗ ਜਾਂਦੀ ਆ ਕੁਝ ਨੈਨੋ ਸੈਕਿੰਡਸ ਦੇ ਲਈ, ਉਹਨਾਂ ਕੁ ਸਮਾਂ ਉਹ ਬੀਅਰ ਕਰ ਲਏ ਫਾਲਟ ਕਰੰਟ ਨੂੰ। ਠੀਕ ਹੈ, ਨੈਕਸਟ ਕੀ ਆ? ਨੋਰਮਲ ਕਰੰਟ ਰੇਟਿੰਗ। ਓਕੇ, ਸਭ ਤੋਂ ਪਹਿਲਾਂ ਕੀ ਆ? ਬ੍ਰੇਕਿੰਗ ਕਪੈਸਿਟੀ। ਬ੍ਰੇਕਿੰਗ ਕਪੈਸਿਟੀ ਹੁੰਦੀ ਆ ਦੀ ਆਰ ਐਮ ਐਸ ਵੈਲਿਊ ਆਫ ਕਰੰਟ ਡੈਟ ਅ ਸਰਕਟ ਬ੍ਰੇਕਰ ਇਜ਼ ਕੈਪੇਬਲ ਆਫ ਬ੍ਰੇਕਿੰਗ ਐਟ ਅ ਗਿਵਨ ਰਿਕਵਰੀ ਵੋਲਟੇਜ। ਰਿਕਵਰੀ ਵੋਲਟੇਜ ਤੁਹਾਨੂੰ ਮੈਂ ਦੱਸਦੀ ਆ ਕਿ ਜਦੋਂ ਨੋਰਮਲ ਫਰੀਕੁਐਂਸੀ ਆਰ ਐਮ ਐਸ ਵੋਲਟੇਜ ਹੁੰਦੀ ਆ ਐਂਡ ਅੰਡਰ ਸਪੈਸੀਫਾਈਡ ਕੰਡੀਸ਼ਨ। ਅੰਡਰ ਸਪੈਸੀਫਾਈਡ ਕੰਡੀਸ਼ਨ ਦਾ ਮਤਲਬ ਕੀ ਆ? ਪਾਵਰ ਫੈਕਟਰ ਹੋ ਸਕਦਾ ਵਾ, ਰੇਟ ਆਫ ਰਾਈਜ਼ ਆਫ ਰੀਸਟ੍ਰਾਈਕਿੰਗ ਵੋਲਟੇਜ। ਠੀਕ ਹੈ, ਇਹ ਸਪੈਸੀਫਾਈਡ ਕੰਡੀਸ਼ਨਸ ਨੇ, ਇਜ਼ ਨੋਨ ਐਜ਼ ਬ੍ਰੇਕਿੰਗ ਕਪੈਸਿਟੀ ਆਫ ਦੀ ਸਰਕਟ ਬ੍ਰੇਕਰ। ਹੁਣ ਬ੍ਰੇਕਿੰਗ ਕਪੈਸਿਟੀ ਕਿਹਦੀ ਇਕੁਅਲ ਹੁੰਦੀ ਹੈ? ਬ੍ਰੇਕਿੰਗ ਕਪੈਸਿਟੀ ਵਿਲ ਬੀ ਇਕੁਅਲ ਟੂ ਅੰਡਰ ਰੂਟ 3 ਮਲਟੀਪਲਾਈ ਬਾਈ ਵੀ ਇੰਟੂ ਆਈ ਇੰਟੂ 10 ਰੇਜ ਦੀ ਪਰ ਮਾਈਨਸ 6 ਐਮ ਬੀ ਏ। ਇਹਦੀ ਜਿਹੜੀ ਰੇਟਿੰਗ ਹੁੰਦੀ ਆ ਕਿਚ ਹੁੰਦੀ ਆ? ਬ੍ਰੇਕਿੰਗ ਕਪੈਸਿਟੀ ਆਪਾਂ ਕਿਚ ਲੈਂਦੇ ਹਾਂ? ਐਮ ਬੀ ਏ ਦੇ ਵਿੱਚ ਲੈਂਦੇ ਹਾਂ। ਠੀਕ ਹੈ, ਉਹ ਵੈਲਿਊ ਆਰ ਐਮ ਐਸ ਵੈਲਿਊ ਆਫ ਕਰੰਟ ਆ ਜਿਹੜੀ ਕੈਪੇਬਲ ਹੁੰਦੀ ਆ ਬ੍ਰੇਕਿੰਗ ਐਟ ਅ ਗਿਵਨ ਰਿਕਵਰੀ ਵੋਲਟੇਜ, ਕਿ ਗਿਵਨ ਰਿਕਵਰੀ ਵੋਲਟੇਜ ਦੇ ਉੱਤੇ ਜਿਹੜੀ ਬ੍ਰੇਕ ਕਰ ਸਕੇ ਸਰਕਟ ਬ੍ਰੇਕਰ ਨੂੰ। ਓਕੇ, ਉਹਨੂੰ ਕਹਿੰਦੇ ਨੇ ਬ੍ਰੇਕਿੰਗ ਕਪੈਸਿਟੀ। ਨੈਕਸਟ ਆ ਗਿਆ ਮੇਕਿੰਗ ਕਪੈਸਿਟੀ, ਦ ਪੀਕ ਵੈਲਿਊ ਆਫ ਦੀ ਕਰੰਟ ਡਿਊਰਿੰਗ ਦੀ ਫਸਟ ਹਾਫ ਸਾਈਕਲ ਆਫ ਦੀ ਕਰੰਟ ਵੇਵ ਆਫਟਰ ਦੀ ਸਰਕਟ ਬ੍ਰੇਕਰ ਇਜ਼ ਕਲੋਜ਼, ਆਫਟਰ ਦੀ ਸਰਕਟ ਬ੍ਰੇਕਰ ਸਰਕਟ ਇਜ਼ ਕਲੋਜ਼ਡ ਬਾਏ ਦੀ ਸਰਕਟ ਬ੍ਰੇਕਰ ਇਜ਼ ਕਾਲਡ ਮੇਕਿੰਗ ਕਪੈਸਿਟੀ। ਪਹਿਲਾ ਜਿਹੜਾ ਫਸਟ ਹਾਫ ਹੋਏਗਾ ਉਸ ਦੌਰਾਨ, ਉਹ ਜਿਹੜੀ ਪਹਿਲੀ ਵੇਵ ਹੋਏਗੀ ਜਦੋਂ ਉਸ ਦੌਰਾਨ ਮਤਲਬ ਕਰੰਟ ਸਰਕਟ ਨੂੰ ਆਪਾਂ ਕਲੋਜ਼ ਕਰਦੇ ਹਾਂ, ਉਹਨੂੰ ਕੀ ਕਹਿੰਦੇ ਨੇ? ਮੇਕਿੰਗ ਕਪੈਸਿਟੀ। ਇਹਦੇ ਨਾਲ ਰਿਲੇਟਡ ਜਿਹੜਾ ਨਾ ਉਹ ਐਮ ਸੀ ਕਿਊ ਵੀ ਆਇਆ ਸੀ, ਉਹ ਤੁਹਾਨੂੰ ਮੇਕਿੰਗ ਕਪੈਸਿਟੀ ਜਿਹੜੀ ਆ ਉਹ ਕੱਢਣ ਨੂੰ ਪੁੱਛ ਸਕਦੇ ਆ, ਅਤੇ ਬਹੁਤ ਸਿੰਪਲ ਹੈ। ਮੇਕਿੰਗ ਕਪੈਸਿਟੀ ਕਿਹਦੇ ਇਕੁਅਲ ਹੁੰਦੀ ਹੈ? ਮੇਕਿੰਗ ਕਪੈਸਿਟੀ ਵਿਲ ਬੀ ਇਕੁਅਲ ਟੂ 2.55 ਇੰਟੂ ਸਮਿਟਰੀਕਲ ਬ੍ਰੇਕਿੰਗ ਕਪੈਸਿਟੀ। ਸਮਿਟਰੀਕਲ ਬ੍ਰੇਕਿੰਗ ਕਪੈਸਿਟੀ। ਓਕੇ, ਸਿਮਿਟਰੀਕਲ ਲਾਸਟ ਮੈਂ ਦੱਸਿਆ ਸੀ, ਸਿਮਿਟਰੀਕਲ ਕਿਹੜਾ ਹੁੰਦਾ ਹੈ, ਬ੍ਰੇਕਿੰਗ ਸਿਮਿਟਰੀਕਲ ਕੀ ਹੁੰਦਾ ਅਤੇ ਅਨਸਿਮਿਟਰੀਕਲ ਕੀ ਹੁੰਦਾ ਹੈ। ਠੀਕ ਹੈ, ਜ਼ਿਆਦਾ ਨਹੀਂ ਆਪਾਂ ਡਿਸਕਸ ਕਰਾਂਗੇ, ਗੱਲਾਂ ਤਾਂ ਬਹੁਤ ਸਾਰੀਆਂ ਡਿਸਕਸ ਕਰਨ ਦੇ ਲਈ, ਬਟ ਉਹ ਫਿਰ ਕੋਈ ਲੈਕਚਰ ਇਹਨਾਂ 'ਤੇ ਬਣਾਵਾਂਗਾ ਮੇਕਿੰਗ ਅਤੇ ਬ੍ਰੇਕਿੰਗ ਕਪੈਸਿਟੀ ਦੇ ਉੱਤੇ, ਤਾਂ ਕੁਝ ਆਪਾਂ ਉਹਦੇ ਅਦਰ ਕੰਟਰੀਜ਼ ਦਾ ਦੇਖਾਂਗੇ ਕਿ ਦੂਸਰੀਆਂ ਕੰਟਰੀਜ਼ ਦੇ ਵਿੱਚ ਕਿੱਦਾਂ ਮੇਕਿੰਗ ਅਤੇ ਬ੍ਰੇਕਿੰਗ ਕਪੈਸਿਟੀ ਲੈਂਦੇ ਨੇ। ਠੀਕ ਹੈ, ਨੈਕਸਟ ਇਹ ਸ਼ੋਰਟ ਟਾਈਮ ਕਪੈਸਿਟੀ, ਉਹੀ ਗੱਲ। ਸ਼ੋਰਟ ਟਾਈਮ ਦੇ ਵਿੱਚ ਤੁਹਾਨੂੰ ਦੱਸਿਆ ਵਾ ਕਿ ਦੀ ਪੀਰੀਅਡ ਫਾਰ ਵਿੱਚ ਦੀ ਸਰਕਟ ਬ੍ਰੇਕਰ ਇਜ਼ ਏਬਲ ਟੂ, ਠੀਕ ਹੈ, ਕੁਝ ਉਹ ਸਮੇਂ ਦੇ ਲਈ ਸਰਕਟ ਬ੍ਰੇਕਰ ਏਬਲ ਹੋਵੇ ਟੂ ਕੈਰੀ ਦੀ ਫਾਲਟ ਕਰੰਟ ਵਾਇਲ ਰਿਮੇਨਿੰਗ ਕਲੋਜ਼ਡ ਇਜ਼ ਕਾਲਡ ਸ਼ੋਰਟ ਟਾਈਮ ਕਪੈਸਿਟੀ ਆਫ ਦੀ ਸਰਕਟ ਬ੍ਰੇਕਰ। ਮਤਲਬ ਕਿ ਕੁਝ ਸਮੇਂ ਦੇ ਲਈ ਜੇਕਰ ਉਹਦੇ ਵਿੱਚ ਫਾਲਟ ਕਰੰਟ ਵੀ ਫਲੋ ਕਰ ਜੇ ਸਰਕਟ ਬ੍ਰੇਕਰ ਦੇ ਵਿੱਚੋਂ, ਤਾਂ ਉਹ ਉਸ ਚੀਜ਼ ਨੂੰ ਕੈਪੇਬਲ ਹੋਵੇ, ਏਬਲ ਹੋਵੇ ਉਸ ਸ਼ੋਰਟ ਕਰੰਟ ਨੂੰ ਕੈਰੀ ਕਰਨ ਦੇ ਲਈ, ਉਹਨੂੰ ਕੀ ਕਹਿੰਦੇ ਨੇ? ਸ਼ੋਰਟ ਟਾਈਮ ਕਪੈਸਿਟੀ। ਨੈਕਸਟ ਹੈ ਨੋਰਮਲ ਕਰੰਟ ਰੇਟਿੰਗ। ਨੋਰਮਲ ਕਰੰਟ ਰੇਟਿੰਗ ਦਾ ਮਤਲਬ ਨੋਰਮਲ ਤੋਂ ਹੀ ਆਪਾਂ ਸਮਝ ਲੈਂਦੇ ਹਾਂ, ਦੀ ਆਰ ਐਮ ਐਸ ਵੈਲਿਊ ਆਫ ਕਰੰਟ ਵਿੱਚ ਅ ਸਰਕਟ ਬ੍ਰੇਕਰ ਇਜ਼ ਏਬਲ ਟੂ ਕੈਰੀ ਕੰਟੀਨਿਊਸਲੀ ਲਗਾਤਾਰ ਐਟ ਇਸ ਰੇਟਡ ਫਰੀਕੁਐਂਸੀ ਅੰਡਰ ਸਪੈਸੀਫਾਈਡ ਕੰਡੀਸ਼ਨਸ ਵਿਦਆਊਟ ਓਵਰਹੀਟਿੰਗ ਦੀ ਆਇਲ
ਔਰ ਕੰਟੈਕਟਸ ਇਜ਼ ਕਾਲਡ ਇਟਸ ਨੋਰਮਲ ਕਪੈਸਿਟੀ। ਮਤਲਬ ਕੀ ਹੈ ਕਿ ਕੰਟੈਕਟਸ ਜਿਹੜੇ ਓਵਰਹੀਟ ਨਾ ਹੋਣ ਜਦੋਂ ਨੋਰਮਲ ਕਰੰਟ ਫਲੋ ਕਰਦਾ ਪਿਆ ਵਾ, ਅਤੇ ਕਰੰਟ ਜਿਹੜਾ ਕੰਟੀਨਿਊਸਲੀ ਕੈਰੀ ਕਰਦਾ ਰਹੇ ਸਰਕਟ ਬ੍ਰੇਕਰ ਸਾਡਾ, ਉਹਨੂੰ ਕੀ ਕਹਿੰਦੇ ਨੇ ਨੋਰਮਲ ਕਰੰਟ ਰੇਟਿੰਗ, ਉਹਨੂੰ ਕੀ ਕਹਿੰਦੇ ਨੇ ਨੋਰਮਲ ਕਰੰਟ ਰੇਟਿੰਗ। ਹੁਣ ਸਰਕਟ ਬ੍ਰੇਕਰ ਜਿਹੜੇ ਹੁੰਦੇ ਕਲਾਸੀਫਾਈ, ਇਹ ਆਪਾਂ ਨੈਕਸਟ ਲੈਕਚਰ ਡਿਸਕਸ ਕਰਾਂਗੇ। ਇਹਦੇ ਵਿੱਚ ਜਿਹੜਾ ਆਪਾਂ ਮੀਡੀਅਮ ਯੂਜ਼ ਕਰਦੇ ਹਾਂ ਸਰਕਟ ਬ੍ਰੇਕਰ ਦੇ ਵਿੱਚ ਆਰਕ ਨੂੰ ਖਤਮ ਕਰਨ ਦੇ ਲਈ, ਆਰਕ ਨੂੰ ਕੁਇੰਚ ਕਰਨ ਦੇ ਲਈ, ਉਹਦੇ ਨਾਂ 'ਤੇ ਸਰਕਟ ਬ੍ਰੇਕਰ ਦਾ ਨਾਮ ਹੁੰਦਾ ਹੈ। ਜਿੱਦਾਂ ਆਇਲ ਜੇਕਰ ਆਪਾਂ ਕਿਸੇ ਸਰਕਟ 'ਚ ਯੂਜ਼ ਕਰਦੇ ਪਏ ਹਾਂ ਆਰਕ ਨੂੰ ਖਤਮ ਕਰਨ ਦੇ ਲਈ, ਆਰਕ ਨੂੰ ਕੁਇੰਚ ਕਰਨ ਦੇ ਲਈ, ਕੁਇੰਚਿੰਗ ਮੀਡੀਅਮ ਐਜ਼ ਏ ਆਇਲ ਯੂਜ਼ ਕਰਦੇ ਪਏ ਹਾਂ ਉਹਨੂੰ ਕਹਿ ਦਾਂਗੇ ਆਇਲ ਸਰਕਟ ਬ੍ਰੇਕਰ। ਜੇਕਰ ਏਅਰ ਯੂਜ਼ ਕਰਦੇ ਪਏ ਹਾਂ ਉਹਨੂੰ ਏਅਰ ਸਰਕਟ ਬ੍ਰੇਕਰ ਕਹਿ ਦਾਂਗੇ। ਜੇਕਰ ਆਪਾਂ ਸਲਫਰ ਹੈਕਸਾਫਲੋਰਾਈਡ ਗੈਸ ਯੂਜ਼ ਕਰਦੇ ਪਏ ਉਹਨੂੰ ਕਹਿ ਦਾਂਗੇ ਸਲਫਰ ਹੈਕਸਾਫਲੋਰਾਈਡ ਸਰਕਟ ਬ੍ਰੇਕਰ ਔਰ SF6 ਸਰਕਟ ਬ੍ਰੇਕਰ। ਅਤੇ ਜੇਕਰ ਆਪਾਂ ਕੋਈ ਸਪੇਸ ਨਹੀਂ ਯੂਜ਼ ਕਰਦੇ ਪਏ, ਕੋਈ ਸਪੇਸ ਹੈ ਹੀ ਨਹੀਂ ਆ, ਉਹਨੂੰ ਕਹਿ ਦਾਂਗੇ ਵੈਕਿਊਮ ਸਰਕਟ ਬ੍ਰੇਕਰ। ਠੀਕ ਹੈ, ਇਹਨੂੰ ਆਪਾਂ ਅਗਲੇ ਲੈਕਚਰਾਂ ਦੇ ਵਿੱਚ ਡਿਸਕਸ ਕਰਾਂਗੇ ਸਰਕਟ ਬ੍ਰੇਕਰਸ ਨੂੰ। ਹੋਪ ਸੋ ਤੁਹਾਨੂੰ ਅੱਜ ਦੇ ਇਸ ਲੈਕਚਰ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਸੋ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਆਪਾਂ ਸਰਕਟ ਬ੍ਰੇਕਰਸ ਬਾਰੇ। ਓਕੇ ਸਟੂਡੈਂਟਸ, ਥੈਂਕ ਯੂ।